अमृत छाड़ भिख भिख खाय माया मोह पै पूले सुत दारा से प्रीत लगाय एक उत्तम पंथ सुनियो गुर संगत ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਣਾਈ ਤੇਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੁ ਕਹੋ ਟਲ ਘੁਰ ਸੇਵੀਐ ਐਹਨੇ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਾਰਨ ਦੁਖ ਜਾਇ ਹੋਵੇ ਸਿਵ ਤੁਖ ਸੰਮਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤੁਰ ਢਠੈ ਸੱਚੇ ਪਾਤਸ਼ਾਹ ਮੜ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸ਼ਿਰਸਾਹ ਦੇ ਸ਼ਾਹ ਜਿਸ ਪਾਸ ਬਹਿਟਿਆ ਸੋਹੀਏ ਸਭਨਾ ਦਾ ਵੇਸਾ ਵਾਹਿਗੁਰੂ ਜੀ ਪੈਰੋਂ ਬਾਣੀ ਭਗਤ ਕਬੀਰ ਜੀਓ ਕੀ नांगे आमन नांगे जाना कोई न रह राजा राना। नांगे आमन नांगे जाना कोई न रह राजा राना। राम राजा नौ निद मेरा समेत कलत धन तेर रहा आवत संग न जात संगति कहा दर बंदे हाथी लंका गाड़ सोने का भया मूर्ख रामन क्या ले गया ਕਹ ਕਬੀਰ ਕਿਛ ਗੁਨ ਬੀਚਾਰ ਚਲੇ ਜੁਵਾਰੀ ਦੋਇ ਹੱਥ ਝਾਰ ਕਹ ਕਬੀਰ ਕਿਛ ਗੁਨ ਬੀਚਾਰ ਚਲੇ ਜੁਵਾਰੀ ਦੋਇ ਹੱਥ ਝਾਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗਰੀਬ ਨਵਾਦ ਸਤਿਗੁਰੂ ਜੀ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਜਹਰਾ ਜਹੂਰ ਅਤੇ ਹਾਜ਼ਰਾ ਹਜੂਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸਰਣ ਵਿੱਚ ਸੁਭਾਏਮਾਨ ਪਰਮ ਸਤਕਾਰਯੋਗ ਵੱਡ ਭਾਗੀ ਗੁਰਮੁਖ ਸਤਸੰਗੀ ਜਨੋ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅਮਰਤੂਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਜੋ ਵਿਚਾਰ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ। ਉਸ ਦੇ ਨਾਲ ਸੰਬੰਧਿਤ ਇਹ ਪਾਵਨ ਅਮੋਲ ਬਚਨ ਜੋ ਸ਼੍ਰੀਮਾਨ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪੈਰੋਂ ਰਾਗ ਵਿੱਚ ਅੰਕਿਤ ਨੇ ਆਪ ਜੀ ਸਰਵਣ ਕਰੇ ਸੀ। ਭਗਤ ਕਬੀਰ ਸਾਹਿਬ ਜੀ ਨੇ ਮਨੁੱਖਾ ਜ਼ਿੰਦਗੀ ਦਾ ਮਨੋਰਥ ਦਰਸਾਇਆ ਹੈ। ਵਾਹਿਗੁਰੂ ਜੀ ਨੇ ਇਹ ਜੋ ਦੁਰਲੱਭ ਉਤਮ ਦੇਹੀ ਸਾਨੂੰ ਬਖਸ਼ੀ ਹੈ। ਇਸ ਦਾ ਮਕਸਦ ਹੀ ਜ਼ਿੰਦਗੀ 'ਚ ਵਾਹਿਗੁਰੂ ਜੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਗੁਣਵਾਨ ਬਣਨਾ। ਗੁਣਾ ਕਰਕੇ ਅਚਾਰ ਕਰਕੇ ਇਹਨੇ ਉੱਚੇ ਉੱਠ ਜਾਣਾ ਕਿ ਮਨੁੱਖ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ। ਪਰ ਮਨੁੱਖ ਸੰਸਾਰ 'ਚ ਆਇਆ ਮਾਇਆ ਦੀ ਚਮਕ-ਦਮਕ ਵਿੱਚ ਇਹੋ ਜਿਹਾ ਭਰਮ ਗਿਆ ਭੁਲੇਖੇ ਚ ਪੈ ਗਿਆ ਇਹਨੇ ਸੋਚਿਆ ਕਿ ਮਾਇਆ ਇਕੱਠੀ ਕਰਨਾ ਹੀ ਜ਼ਿੰਦਗੀ ਦਾ ਮਕਸਦ ਹੈ ਦੁਨਿਆਵੀ ਰੁਤਬੀਆਂ ਨੂੰ ਜ਼ਿੰਦਗੀ ਦਾ ਮਕਸਦ ਸਮਝ ਲਿਆ ਆਪਣੀ ਜ਼ਿੰਦਗੀ ਨੂੰ ਅਕਾਰਥ ਹੋ ਆ ਗਿਆ ਗੁਰੂ ਸਾਹਿਬਾਨ ਜੀ ਨੇ ਜਾਂ ਭਗਤ ਸਹਿਬਾਨ ਨੇ ਇਸ ਮੁੱਚੀ ਲੋਕਾਈ ਨੂੰ ਦੋ ਸ਼੍ਰੇਣੀਆਂ ਦੇ ਦੇਖਿਆ ਆਮ ਮਨੁੱਖ ਤਾਂ ਇਹਨੂੰ ਜਾਤਾਂ ਬਰਾਦਰੀਆਂ ਦੇ ਨਾਮ ਤੇ ਦੇਖਦੇ ਨੇ ਕੋਈ ਧਰਮਾਂ ਦੇ ਨਾਮ ਤੇ ਵੱਖਰੀਆਂ ਵੱਖਰੀਆਂ ਦੇਖਦਾ ਹੈ ਕੋਈ ਇਸ ਖਿਆਲ ਦੇ ਨਾਲ ਕਿ ਪ੍ਰਵਿਰਤੀ ਹੈ ਨਿਰਵਿਰਤੀ ਇਸ ਪੱਖ ਦੇ ਨਾਲ ਦੇਖਦਾ ਹੈ ਲੇਕਿਨ ਰੱਬੀ ਪਿਆਰ ਨੇ ਨਜ਼ਰ ਚ ਦੋ ਹੀ ਤਰ੍ਹਾਂ ਦੇ ਪ੍ਰਾਣੀ ਨੇ ਇੱਕ ਗੁਰਮਖ ਤੇ ਇੱਕ ਮਨਮਖ ਇੱਕ ਉਹ ਜਿਹੜੇ ਆਪਣੀ ਜ਼ਿੰਦਗੀ ਦੀ ਅਹਿਮੀਅਤ ਨੂੰ ਜਾਣਦੇ ਨੇ ਇੱਕ ਉਹ ਜਿਹੜੇ ਜ਼ਿੰਦਗੀ ਦੇ ਪ੍ਰਤੀ ਬੜੇ ਆਵੇਸ ਦੇ ਨੇ ਜਿਹੜੇ ਜ਼ਿੰਦਗੀ ਦੀ ਵਡਿਆਈ ਨੂੰ ਨਹੀਂ ਜਾਣਦੇ ਉਹਨਾਂ ਨੂੰ ਸਤਬੂਜੀ ਨੇ ਮੂਰਖ ਕਿਹਾ ਹੈ ਮੂਰਖ ਕਿ ਕਿਆ ਲੱਛਣ ਹੈ ਕਿਆ ਮੂਰਖ ਕਾ ਕਹਿਣਾ ਮੂਰਖ ਦੇ ਲੱਛਣ ਕੀ ਨੇ ਪਹਿਚਾਨ ਕੀ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਸਭ ਤੋਂ ਵੱਡਾ ਬੰਦਾ ਮੂਰਖ ਉਹ ਹੈ ਜਿਹੜਾ ਦੁਨਿਆਵੀ ਅਹੰਕਾਰ ਦੁਨਿਆਵੀ ਸਿਆਣਪਾ ਦੁਨਿਆਵੀ ਚਤਰਾਇਆਂ ਮਗਰ ਲੱਗ ਕੇ ਪਰ ਮਹਾਤਮਾ ਦੀ ਹਸਤੀ ਤੋਂ ਬੇਮਕ ਹੋ ਜਾਏ ਮੁਨਕਰ ਹੋ ਜਾਏ ਉਹ ਸਭ ਤੋਂ ਵੱਡਾ ਮੂਰਖ ਹੈ ਗੁਰਬਾਣੀ ਵਿੱਚ ਸਤਗੁਰੂ ਜੀ ਨੇ ਸਾਨੂੰ ਪ੍ਰੇਰਣਾ ਦਿੱਤੀ ਕਿ ਜੇ ਆਪਾਂ ਧਰਤੀ ਤੇ ਆ ਕੇ ਜ਼ਿੰਦਗੀ ਦੇ ਮਕਸਦ ਨੂੰ ਨਹੀਂ ਜਾਣ ਸਕੇ ਜ਼ਿੰਦਗੀ ਦੀ ਅਹਿਮੀਅਤ ਨੂੰ ਨਹੀਂ ਜਾਣ ਸਕੇ ਤੇ ਫਿਰ ਸਾਡੇ ਤੋਂ ਵੱਡਾ ਮੂਰਖ ਹੋਣ ਹੋ ਸਕਦਾ ਹੈ ਪਛਮਾ ਨੂੰ ਅਸੀਂ ਮਾੜਾ ਕਿੰਨੇ ਆ ਹਾਲਾਂਕਿ ਪਸ਼ੂਆਂ ਦੇ ਵਿੱਚ ਵੀ ਗੁਣ ਨੇ ਪਸ਼ੂਆਂ ਦੀਆਂ ਤਰੀਫਾਂ ਕੀਤੀਆਂ ਨੇ ਪਸ਼ੂਆਂ ਦੀਆਂ ਉਦਾਹਰਨਾਂ ਦੇ ਦੇ ਕੇ ਮਨੁੱਖ ਨੂੰ ਸਮਝਾਏ ਕਿਤੇ ਵੀ ਕਿਸੇ ਪਸ਼ੂ ਨੂੰ ਮਨੁੱਖ ਦੀ ਉਦਾਹਰਨ ਨਹੀਂ ਦਿੱਤੀ ਇਹ ਉਦਾਹਰਨ ਭਾਵੇਂ ਮਾੜੇ ਤੋਂ ਮਾੜਾ ਪਸ਼ੂ ਹੈ ਮਨੁੱਖ ਨੂੰ ਸਮਝਾਉਣ ਲਈ ਦਿੱਤੀਆਂ ਗਈਆਂ ਨੇ ਜਦ ਆਪਾਂ ਗੁਰਬਾਣੀ ਪੜਾਂਗੇ ਸਤਗੁਰੂ ਜੀ ਨੇ ਬਚਨ ਵਰਤੇ ਨੇ ਸਵਾਮੀ ਕੋ ਗ੍ਰਹ ਜਿਉ ਸਦ ਸਵਾਨ ਤਜਤਨੀ ਨਿਤ ਕੁੱਤੇ ਦੀ ਉਦਾਹਰਨ ਦਿੰਦੀ ਕੁੱਤਾ ਵਫਾਦਾਰ ਹੈ ਮਨੁੱਖ ਨਾਲੋਂ ਸੂਰ ਨੂੰ ਚੰਗਾ ਦੱਸਿਆ ਸੂਰ ਨੂੰ ਬਾਬਾ ਅਕबीर ਸਾਹਿਬ ਜੀ ਕਹਿੰਦੇ ਸਾਖਤ ਤੇ ਸ਼ੂਕਰਪਲਾ ਰੱਖ ਹੈ ਆਛਾ گاਉ ਉਹ ਸਾਖਤ ਬੱਬਰਾ ਮਰ ਗਿਆ ਕੋਈ ਨ ਲਹਿ ਨਾ ਸ਼ਹਿਰ ਦੀ ਗਲੀ ਚ ਫਿਰਦਾ ਹੋਇਆ ਜਿਹੜਾ ਸੂਰ ਹੈ ਕਹਿੰਦੇ ਉਹ ਚੰਗਾ ਕਿਉਂਕਿ ਗੰਦਗੀ ਖਾਂਦਾ ਹੈ ਸਫਾਈ ਕਰਦਾ ਹੈ ਸਾਕਤ ਮਰ ਜੇ ਉਹਨੂੰ ਕੋਈ ਚੇਤ ਨਹੀਂ ਕਰਦਾ ਸੂਰ ਮਰ ਜੇ ਕਹਿੰਦੇ ਸੂਰ ਚੰਗਾ ਸੀ ਗੰਦਗੀ ਖਾ ਜਾਂਦਾ ਹੈ ਹੀ ਨਹੀਂ ਹੈ ਸੂਰ ਨੂੰ ਚੇਤੇ ਕਰਦੇ ਨੇ ਲੋਕ ਕੀੜੀਆਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਮੁਰਗਾਪੀ ਦੀ ਉਦਾਹਰਨ ਦਿੱਤੀ ਹੈ ਹੋਰ ਬੇਅੰਤ ਜੀਵਾਂ ਦੀਆਂ ਉਦਾਹਰਨਾਂ ਇਸ ਮਨੁੱਖ ਨੂੰ ਸਮਝਾਉਣ ਲਈ ਦਿੱਤੀਆਂ ਨੇ ਗੁਰਬਾਣੀ ਇਹ ਗੱਲ ਕਹਿੰਦੀ ਆਮਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਢੋਰ ਅਸੀਂ ਧਰਤੀ ਤੇ ਆਏ ਆਂ ਜੇ ਸਾਨੂੰ ਜ਼ਿੰਦਗੀ ਦੀ ਅਹਿਮੀਅਤ ਦਾ ਜ਼ਿੰਦਗੀ ਦੇ ਮਨੋਰਥ ਦਾ ਪਤਾ ਨਹੀਂ ਹੈ ਤੇ ਅਸੀਂ ਪਸ਼ੂ ਢੋਰ ਗਵਾਰ ਆਂ ਅਸੀਂ ਕੋਈ ਸਿਆਣੀ ਨਹੀਂ ਆਂ ਮੂਰਖ ਦੀ ਗੱਲ ਕੀਤੀ ਗੁਰਬਾਣੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ 12 ਤੇ ਵਦੀਕ ਵਿੱਚ ਅੰਕਤ ਹੈ ਮਨੋ ਜੇ ਅੰਦੇ ਘੂਪ ਕਹਿਆ ਬਿਰਦ ਨ ਜਾਣੇ ਜਿਹੜੇ ਮਨ ਕਰਕੇ ਐਨ ਕੂਪ ਹਨੇਰੇ ਚ ਨੇ ਮਨੋ ਜੇ ਅੰਦੇ ਕੂਪ ਕਹਿਆ ਬਿਰਦ ਨ ਜਾਣੀ ਜਿਹੜੇ ਮਨ ਕਰਕੇ ਕੂਪ ਹਨੇਰੇ ਚ ਨੇ ਅਗਿਆਨੀ ਨੇ ਉਹ ਕਹੇ ਹੋਏ ਇਨਸਾਨੀ ਫਰਜ਼ਾਂ ਨੂੰ ਜਾਣਦੇ ਨਹੀਂ ਬਿਰਦਰਥ ਇੱਥੇ ਇਨਸਾਨੀ ਫਰਜ਼ ਹੈ ਮੁੜਕ ਦੀ ਮਿੱਠ ਸੁਭਾਅ ਹੈ ਜੋ ਇਨਸਾਨ ਦਾ ਸੁਭਾਅ ਹੋਣਾ ਚਾਹੀਦਾ ਕਹਿਆ ਬਿਰਦ ਨ ਜਾਣੀ ਮਨ ਅੰਦੇ ਉੰਦੇ ਕਵਲ ਦਿਸਨ ਖਰੇ ਰੂਪ ਜਿਹੜੇ ਮਨ ਕਰਕੇ ਅੰਨੇ ਨੇ ਉਹਨਾਂ ਦਾ ਹਿਰਦੇ ਦਾ ਕਵਲ ਜਿਹੜਾ ਉਹ ਪੁੱਠਾ ਰਹਿੰਦਾ ਕੌਲ ਦਾ ਫੁੱਲ ਜਿਹੜਾ ਜਦੋਂ ਸੂਰਜ ਚੜ੍ਹੇ ਉਹ ਖਿੜਦਾ ਸਿੱਧਾ ਹੋ ਜਾਂਦਾ ਜਦੋਂ ਸੂਰਜ ਡੁੱਬ ਜਾਏ ਉਹ ਬੰਦ ਹੋ ਕੇ ਪੁੱਠਾ ਹੋ ਜਾਂਦਾ ਮਨ ਅੰਦੇ ਉਹਦੇ ਕਵਲ ਜਿਹੜੇ ਮਨ ਕਰਕੇ ਅੰਨੇ ਨੇ ਉਹਨਾਂ ਦੇ ਹਿਰਦੇ ਦਾ ਕਵਲ ਜਿਹੜਾ ਨਾ ਪੁੱਠਾ ਹੈ ਐਵੇਂ ਕਹ ਲਓ ਕਿ ਉਹਨਾਂ ਦੀ ਮਤ ਪੁੱਠੀ ਹੈ ਮਨ ਅੰਦੇ ਉਦ ਦੇ ਕਵਲ ਦਿਸਨ ਖਰੇ ਰੂਪ ਜਿਹੜੇ ਮਨ ਕਰਕੇ ਅੰਨੇ ਨੇ ਜਿਹੜੇ ਮਨ ਕਰਕੇ ਪੁੱਠੀ ਮਤ ਵਾਲੇ ਨੇ ਉਹ ਤੇ ਬੜੇ ਕ੍ਰੂਪ ਨਜ਼ਰ ਆਉਂਦੇ ਨੇ ਬਾਹਰੋਂ ਭਾਵੇਂ ਉਹਨੇ ਬੜੀ ਮੇਕਅਪ ਕੀਤੀ ਹੋਏ ਬੜਿਓ ਗੋਰੇ ਚਿੱਟੇ ਹੋਣ ਵਧੀਆ ਕੱਪੜੇ ਹੋਣ ਵਧੀਆ ਰਤਬੇ ਤੇ ਹੋਣ ਪਰ ਦਿਸਨ ਖਰੇ ਕ੍ਰੂਪ ਉਹ ਸਭ ਤੋਂ ਜ਼ਿਆਦਾ ਕੁਝ ਹੀ ਨਜ਼ਰ ਆਉਂਦੇ ਨੇ ਤਿਨਾ ਮੁਖ ਡਰਾਮਣੇ ਜਿਨੀ ਵਿਸਾਰਿਓ ਨਾਉ ਜਿਨ੍ਹਾਂ ਨੇ ਪਰਮਾਤਮਾ ਨੂੰ ਅੰਦਰੋਂ ਭਲਾਤਾ ਅੰਦਰ ਅਹੰਕਾਰੀ ਨੇ, ਕ੍ਰੋਧੀ ਨੇ, ਵਿਕਾਰਾਂ ਨਾਲ ਭਰੇ ਪਏ ਨੇ, ਤ੍ਰਿਸ਼ਨਾਲੂ ਨੇ, ਲੋਭੀ ਨੇ ਉਹ ਬੜੇ ਕ੍ਰੂਪ ਹੁੰਦੇ ਨੇ। ਔਰ ਇੱਕ ਹੈ ਜਾਨਣ ਕਹਿ ਆ ਬੁਜਨਤੇ ਨਰ ਸੁਗੁਰ ਸਰੂਪ। ਇੱਕ ਉਹ ਨੇ ਜਿਹੜੇ ਗੱਲ ਕਹਿਣਾ ਵੀ ਜਾਣਦੇ ਨੇ, ਜਿਹੜੇ ਗੱਲ ਸੁਣਨਾ ਵੀ ਜਾਣਦੇ ਨੇ। ਕੁਝ ਲੋਕਾਂ ਨੂੰ ਕਹਿਣਾ ਨਹੀਂ ਆਉਂਦਾ, ਬਹੁਤੇ ਲੋਕਾਂ ਨੂੰ ਸੁਣਨਾ ਹੀ ਨਹੀਂ ਆਉਂਦਾ। ਸੁਣਨਾ ਬੜਾ ਔਖਾ ਹੈ। ਸਾਹਿਬ ਜੀ ਕਹਿੰਦੇ ਇੱਕ ਕਹਿ ਜਾਣਨ ਇੱਕ ਕਹਿਣਾ ਵੀ ਜਾਣਦੇ ਨੇ ਕਹਿਆ ਬੁੱਜਨ ਉਹ ਕਹੀ ਹੋਈ ਗੱਲ ਨੂੰ ਸਮਝਦੇ ਵੀ ਨਹੀਂ ਤੇ ਨਰ ਸੁਗੜ ਸਰੂਪ ਉਹ ਲੋਕ ਬੜੇ ਸੋਹਣੇ ਸਰੂਪ ਵਾਲੇ ਨੇ ਬੜੇ ਚੰਗੇ ਸੁਭਾਅ ਵਾਲੇ ਨੇ ਸਾਹਿਬ ਜੀ ਨੇ ਅੱਗੇ ਇੱਕ ਬੜਾ ਪਿਆਰਾ ਬਚਨ ਕਿ ਇੱਕ ਨਾ ਨਾਦ ਨਾ ਗੇਧ ਨਾ ਬੇਧ ਰਸ ਰਸ ਕਸ ਨਾ ਜਾਣਨ ਇੱਕ ਨਾ ਨਾਦ ਨਾ ਬੇਧ ਨਾ ghee ਰਸ ਰਸ ਕਸ ਨਾ ਜਾਣੰਤ ਮੂਰਖਾਂ ਦੀ ਗੱਲ ਕੀਤੀ ਹੈ ਇਕ ਉਹ ਲੋਗ ਨੇ ਜਿਹੜੇ ਕੋਈ ਸ਼ਬਦ ਨੂੰ ਨਹੀਂ ਜਾਣਦੇ ਗਿਆਨ ਨੂੰ ਨਹੀਂ ਜਾਣਦੇ ਨਾਦ ਨਾ বেদ ਨਾ ਕਿਸੇ ਸ਼ਬਦ ਨੂੰ ਜਾਣਦੇ ਨਾ ਕਿਸੇ ਧਰਮ ਸ਼ਾਸਤਰ ਨੂੰ ਜਾਣਦੇ ਨੇ ਗੀ ਰਸ ਜਿਨ੍ਹਾਂ ਨੂੰ ਕਿਸੇ ਗੀਤ ਦਾ ਵੀ ਰਸ ਹੀ ਨਹੀਂ ਹੁੰਦਾ ਜਿਨ੍ਹਾਂ ਦੇ ਅੰਦਰ ਕੋਈ ਸੰਗੀਤ ਸੁਣਨ ਦੀ ਵੀ ਲਗਨ ਨਹੀਂ ਹੈ ਰਸ ਕਸ ਨਾ ਜਾਣੰਤ ਰਸ ਕਸ ਦਾ ਅਰਥ ਹੈ ਕੋਮਲ ਹੁਨਰ ਰਸ ਕਸ ਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜ਼ਿੰਦਗੀ ਦੇ ਰਸਾਂ ਤੋਂ ਵੀ ਦੀ ਉਹਨਾਂ ਨੂੰ ਪਤਾ ਕਈ ਲੋਕਾਂ ਨੂੰ ਜ਼ਿੰਦਗੀ ਦੇ ਰਸ ਦਾ ਹੀ ਨਹੀਂ ਪਤਾ ਇੱਕ ਤੇ ਹੁੰਦਾ ਨਾ ਕਿ ਆਤਮ ਰਸ ਮੰਨਣਾ ਬੜੀ ਮਹਾਨ ਗੱਲ ਹੈ ਕਈਆਂ ਨੂੰ ਜ਼ਿੰਦਗੀ ਦੇ ਰਸਾਂ ਦਾ ਹੀ ਨਹੀਂ ਪਤਾ ਅੰਦਰ ਮਮਤਾ ਕੋਈ ਨਹੀਂ ਅੰਦਰ ਪਿਆਰ ਕੋਈ ਨਹੀਂ ਅੰਦਰ ਆਪਣੇ ਪਰਿਵਾਰ ਲਈ ਰਿਸ਼ਤੇਦਾਰੀਆਂ ਲਈ ਖੇਚੀ ਕੋਈ ਨਹੀਂ ਅੰਦਰ ਉਹਨਾਂ ਨੂੰ ਆਪਣੇ ਕੰਮ ਦੇ ਪ੍ਰਤੀ ਖਿੱਚ ਕੋਈ ਨਹੀਂ ਪਿਆਰ ਹੀ ਕੁਝ ਨਹੀਂ ਅੰਦਰੋਂ ਉਖੜੇ ਹੋਏ ਨੇ ਅੰਦਰੋਂ ਐਨ ਬੜੇ ਪੱਥਰ ਵਾਂਗੂ ਕਠੋਰ ਲੋਕ ਨੇ ਜਿਨ੍ਹਾਂ ਦੇ ਅੰਦਰ ਕੋਈ ਰਸਕਸ ਵੀ ਨਹੀਂ ਹੈ ਦੁਨਿਆਵੀ ਕੋਮਲ ਹੁਨਰ ਵੀ ਨਹੀਂ ਹੈ ਅੰਦਰ ਕੋ ਪਿਆਰ ਮੋਹ ਉਹਨਾਂ ਦੇ ਕਿਸੇ ਪ੍ਰਤੀ ਹੈ ਹੀ ਨਹੀਂ ਹੈ ਸਾਬ ਜੀ ਕਹਿੰਦੇ ਇੱਕ ਨਾ ਨਾਹ ਦਨਾ ਬੇਦਰਸ ਗੀ ਰਸ ਰਸਕਸ ਨਾ ਜਾਣੰਤ ਨਾਨਕ ਤੇ ਨਰ ਅਸਲ ਖਰ ਜੇ ਪਿੰਨ ਗੁਣ ਗਰਭ ਕਰਨ ਤੋ ਉਹ ਲੋਕ ਜਿਨ੍ਹਾਂ ਦੇ ਅੰਦਰ ਕੋਈ ਨਾ ਕੋਮਲ ਹੁਨਰ ਹੈ ਨਾ ਕੋਈ ਪ੍ਰਮਾਤਮਾ ਦਾ ਰਸ ਹੈ ਨਾ ਕੋਈ ਦੁਨੀਆਵੀ ਰਸ ਹੈ ਨਾ ਕੋ ਉਸ ਕਹਿਣਾ ਜਾਣਦੇ ਨਾ ਕੋ ਸਮਝਣਾ ਜਾਣਦੇ ਨੇ ਤੇ ਬਿਨਾਂ ਹੀ ਕਾਰਨ ਤੋਂ ਹੰਕਾਰ ਕਰੀ ਜਾਂਦੇ ਹੋ ਤੇ ਖੋਤੇ ਨੇ ਅਸਲ ਖੋਤੇ ਹੋ ਨੇ ਜਿਸ ਮਨੁੱਖ ਦੇ ਪੱਲੇ ਗੁਣ ਕੋਈ ਨਹੀਂ ਹੈ ਇਹ ਜ਼ਿੰਦਗੀ ਮਿਲੀ ਸੀ ਕਿ ਆਪਾਂ ਗੁਣ ਗ੍ਰਹਿਣ ਕਰੀਏ ਸੁਣੀਏ ਸੁਣ ਕੇ ਗੁਣ ਗ੍ਰਹਿਣ ਕਰੀਏ ਔਰ ਗੁਣ ਗ੍ਰਹਿਣ ਕਰਕੇ ਸੀ ਗੁਣਾਮਾਨ ਬਣੀਏ ਜ਼ਿੰਦਗੀ 'ਚ ਜਦੋਂ ਵੀ ਤੁਹਾਨੂੰ ਸੁੱਖ ਮਿਲਣਾ ਹੈ ਉਹ ਤੁਹਾਡੇ ਗੁਣਾ ਕਰਕੇ ਮਿਲਣਾ ਹੈ ਤੁਹਾਡੇ ਹੌਨਰ ਕਰਕੇ ਮਿਲਣਾ ਹੈ ਅੱਜ ਤੱਕ ਕੋਈ ਪੈਸੇ ਨਾਲ ਸਦਾ ਸੁਖੀ ਨਹੀਂ ਹੋ ਸਕਿਆ ਅੱਜ ਤੱਕ ਕੋਈ ਰੁਤਬੇ ਨਾਲ ਸਦਾ ਸੁਖੀ ਨਹੀਂ ਹੋ ਸਕਿਆ ਅੱਜ ਤੱਕ ਕੋਈ ਬਾਹਰੀ ਸਾਧਨਾ ਦੇ ਨਾਲ ਸਦਾ ਸੁਖੀ ਨਹੀਂ ਹੋ ਸਕਿਆ ਇਹ ਸਾਧਨ ਸਹੂਲਤ ਨੇ ਸਾਡੇ ਲਈ ਹੋਣੀ ਚਾਹੀਦੇ ਨੇ ਪਰ ਸਾਧਨ ਹੁੰਦਿਆਂ ਅੱਜ ਰੁਤਬਾ ਹੈ ਜੇ ਰੁਤਬੇ ਤੇ ਬੈਠ ਕੇ ਮਨੁੱਖ ਨੇ ਕੋ ਗੁਣ ਗ੍ਰਹਿਣ ਕਰ ਲਿਆ ਚੰਗੀ ਗੱਲ ਗ੍ਰਹਿਣ ਕਰ ਲਈ ਕੱਲ ਨੂੰ ਰੁਤਬਾ ਨਹੀਂ ਵੀ ਹੋਏਗਾ ਉਹ ਤਾਂ ਵੀ ਸੁਖੀ ਰਹੇਗਾ ਤੁਸੀਂ ਦੇਖਦੇ ਆ ਅਗਿਆਨੇ ਲੋਕਾਂ ਨੂੰ ਰੁਤਬੇ ਮਿਲ ਜਾਂਦੇ ਨੇ ਰੋਜ਼ਿਆਂ ਤੇ ਬੈਠ ਕੇ ਮਨ ਮਰਜ਼ੀਆਂ ਕਰਦੇ ਆਪ ਵੀ ਦੁਖੀ ਸਮਾਜ ਨੂੰ ਬਰਬਾਦ ਕਰ ਦਿੰਦੇ ਨੇ ਜਦੋਂ ਰੁਤਬੇ ਚਲੇ ਜਾਂਦੇ ਨੇ ਉਹ ਰੋਂਦੇ ਫਿਰਦੇ ਰੁੱਲਦੇ ਫਿਰਦੇ ਨੇ ਬਰਬਾਦ ਹੋ ਜਾਂਦੇ ਆਪ ਵੀ ਤੇ ਪਰਿਵਾਰ ਵੀ ਬਰਬਾਦ ਹੋ ਜਾਂਦੇ ਨੇ ਉਹਦਾ ਕਾਰਨ ਇਹ ਕਿ ਰੁਤਬੇ ਪਰਮਾਤਮਾ ਨੇ ਇੱਕ ਮੌਕਾ ਦਿੱਤਾ ਸੀ ਕਿ ਰੁਤਬੇ ਤੇ ਬੈਠ ਕੇ ਰੁਤਬੇ ਦੇ ਹਾਣੀ ਬਣ ਜਾਓ ਰੁਤਬੇ ਤੇ ਬੈਠ ਕੇ ਇੰਨੇ ਮਹਾਨ ਬਣ ਜਾਓ ਉਹ ਤੇ ਬਹੁਤ ਵੱਡ ਭਾਗੀ ਲੋਕ ਜਿਨ੍ਹਾਂ ਨੂੰ ਜਿੱਥੇ ਵੀ ਪਰਮਾਤਮਾ ਨੂੰ ਕੁ ਰੁਤਬਾ ਦੇ ਦਿੱਤਾ ਹੈ ਉਹਨਾਂ ਨੂੰ ਤੇ ਪਰਮਾਤਮਾ ਦਾ ਬਹੁਤ ਧੰਨਵਾਦ ਕਰਨਾ ਚਾਹੀਦਾ ਹੈ ਪਰ ਜਦੋਂ ਅਯੋਗ ਤਰੀਕਿਆਂ ਦੇ ਨਾਲ ਅਯੋਗ ਲੋਕਾਂ ਨੂੰ ਵੱਡੇ ਰੁਤਬੇ ਮਿਲ ਜਾਂਦੇ ਨੇ ਉਹ ਰੁਤਬਿਆਂ ਦੀ ਆਨ ਸ਼ਾਨ ਨੂੰ ਬਰਬਾਦ ਕਰ ਦਿੰਦੇ ਨੇ ਲੋਕਾਂ ਦੀ ਉਹਨਾਂ ਰੁਤਬਿਆਂ ਦੇ ਪ੍ਰਤੀ ਖਿੱਚ ਖਤਮ ਹੋ ਜਾਂਦੀ ਲੋਕਾਂ ਦੀ ਉਹਨਾਂ ਰੁਤਬੇ ਪ੍ਰਤੀ ਨਫ਼ਰਤ ਬਣ ਜਾਂਦੀ ਹੈ ਵੱਡੇ ਵੱਡੇ ਸਤਕਾਰ ਤੋਂ ਰਤਬਿਆਂ ਨੂੰ ਆਪਣਾ ਦੇਖ ਲਈਏ ਮਸੰਦ ਬਹੁਤ ਪਵਿੱਤਰ ਰਤਬਾ ਹੈ ਲੇਕਿਨ ਇਹੋ ਜੀ ਬਿਰਤੀ ਵਾਲੇ ਲੋਕ ਆਏ ਅੱਜ ਮਸੰਦ ਇੱਕ ਗਾਲ ਬਣ ਗਏ ਸੰਤ ਬਹੁਤ ਪਵਿੱਤਰ ਲਬਜ ਹੈ ਬਹੁਤ ਪਵਿੱਤਰ ਸੰਤ ਵਿੱਚ ਤੇ ਅਨੰਤ ਵਿੱਚ ਕੋਈ ਫਰਕ ਹੀ ਨਹੀਂ ਹੁੰਦਾ ਸੰਤ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੁੰਦਾ ਪਰ ਉਹਨਾਂ ਲੋਕਾਂ ਨਾਲ ਸੰਤ ਲਬਜ ਲੱਗ ਗਿਆ ਜਾਂ ਉਹ ਲੋਕ ਇਸ ਜਗਤ ਵਿੱਚ ਆ ਗਏ ਜਿਨ੍ਹਾਂ ਦੇ ਕਿਰਦਾਰ ਨੂੰ ਦੇਖ ਕੇ ਅਜ ਲੋਕਾਂ ਨੇ ਸੰਤਾਂ ਨੂੰ ਠਾਗੀ ਕਹਿਣਾ ਸ਼ੁਰੂ ਕਰ ਦਿੱਤਾ ਸੰਤ ਲਬਜ਼ ਸੁਣ ਕੇ ਲੋਕੀ ਕਿਨਾਰਾ ਕਰਨਾ ਸ਼ੁਰੂ ਕਰ ਗਏ ਕਾਰਨ ਇਹ ਕਿ ਅਯੋਗ ਲੋਕੀ ਰੁਤਬੀਆਂ ਨਾਲ ਜੁੜ ਗਏ ਉਹਨਾਂ ਨੇ ਰੁਤਬੀਆਂ ਜਿन्हें ਉੱਚੇ ਤਾਂ ਕੀ ਹੋਣਾ ਸੀ ਉਹਨਾਂ ਨੇ ਰੁਤਬੀਆਂ ਨੂੰ ਨੀਵੇਂ ਕਰ ਦਿੱਤਾ ਰੁਤਬੀਆਂ ਦੀ ਮਹਾਨਤਾ ਰੁਤਬੀਆਂ ਦੀ ਜਿਹੜੀ ਸੀ ਗੌਰਵਤਾ ਘਟਾ ਦਿੱਤੀ ਜ਼ਿੰਦਗੀ ਮਿਲੀ ਇਹ ਕਿ ਆਪਾਂ ਗੁਣਵਾਨ ਬਣੀਏ ਗੁਰਬਾਣੀ ਕਹਿੰਦੀ ਜਿੱਥੇ ਜਾਏ ਬਈ ਹੈ ਭਲਾ ਕਹੀ ਹੈ ਜੋਲ ਅੰਮ੍ਰਿਤ ਪੀ ਲਏ ਜਿੱਥੇ ਬੈਠੋ ਉੱਥੇ ਕੋ गुण ग्रहण ਕਰ ਲੋ ਹਰ ਥਾਂ ਤੇ गुण ਹੈ ਕੋਈ ਥਾਂ ਇਹੋ ਜਿਹਾ ਨਹੀਂ ਹੈ ਜਿੱਥੇ गुण ਨਾ ਹੋਵੇ ਹਰ ਥਾਂ ਤੇ ਗੁਣ ਹੈ ਤੁਹਾਨੂੰ गुण ग्रहण ਕਰਨ ਦੀ ਜਾਚ ਆਉਣੀ ਚਾਹੀਦੀ ਹੈ ਮਨੁੱਖ ਦੀ ਬਿਰਤੀ ਔਗਣਾ ਵਾਲੀ ਬਣ ਗਈ ਹੈ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਸਤਿਗੁਰੂ ਜੀ ਨੇ ਉਹ ਦੇਖੋ ਗਊ ਦਾ ਬੱਚਾ ਜਿਹੜਾ ਨਾ ਉਹ ਤੇ ਗਊ ਦੇ ਥਣਾ ਚ ਦੁੱਧ ਚੁੰਗਦਾ ਹੈ ਚਿੱਚੜ ਓਠੇ ਬੈਠਾ ਖੂਨ ਹੀ ਖੁਪੀ ਜਾਂਦਾ ਹੈ ਪਉਰੇ ਬਾਰੋਂ ਆ ਕੇ ਕਮਲ ਦੇ ਉੱਪਰੋਂ ਰਸ ਨੂੰ ਮਾਣ ਜਾਂਦੇ ਨੇ ਉੱਥੇ ਡੱਡੂ ਚਿੱਕੜ ਦੇ ਵਿੱਚ ਚਿੱਕੜ ਦੇ ਵਿੱਚ ਗੜੈਂਗਣਾ ਕਰੀ ਜਾਂਦਾ ਜਿਹੋ ਜੀ ਤੁਹਾਡੀ ਬਿਰਤੀ ਹੋਏਗੀ ਉਹ ਕੁਝ ਮਿਲ ਜਾਏਗਾ ਜੇ ਡੱਡੂ ਵਾਲੀ ਬਿਰਤੀ ਐ ਤੇ ਕਮਲ ਦਾ ਰਸ ਤੁਸੀਂ ਕੀ ਮਾਣਨਾ ਕਮਲ ਕੋਲ ਬੈਠ ਕੇ ਵੀ ਤੁਸੀਂ ਚਿੱਕੜ ਨਾਲ ਜੁੜੇ ਰਹੋਗੇ ਜੇ ਤੁਹਾਡੀ ਚਿਚੜ ਵਾਲੀ ਬਿਰਤੀ ਐ ਦੁੱਧ ਦੇ ਪੰਡਾਰ ਤੇ ਬੈਠ ਕੇ ਵੀ ਤੁਸੀਂ ਖੂਨ ਹੀ ਪੀਓਗੇ ਅੰਮ੍ਰਿਤ ਹੁੰਦਾ ਦੁੱਧ ਅੰਮ੍ਰਿਤ ਦੇ ਪੰਡਾਰ ਤੇ ਬੈਠ ਕੇ ਖੂਨ ਦੇ ਗਾਹਕ ਬਣੇ ਰਹੋਗੇ ਬਹੁਤ ਸਾਰੇ ਲੋਕ ਨੇ ਸਤ ਸੰਗਤ ਅੰਮ੍ਰਿਤ ਦਾ ਸਮੁੰਦਰ ਹੈ ਧਰਮ ਸਥਾਨਾਂ ਤੇ ਅੰਮ੍ਰਿਤ ਵਰਸਦਾ ਹੈ ਪਰ ਬਿਰਤੀ ਜਿਨ੍ਹਾਂ ਦੀ ਖੂਨ ਪੀਣ ਵਾਲੀ ਹੈ ਉਹ ਧਰਮ ਸਥਾਨਾਂ ਤੇ ਵੀ ਜਾ ਕੇ ਖੂਨ ਹੀ ਪੀਂਦੇ ਨੇ ਖੂਨ ਹੀ ਢੋਲ ਦੇਨੇ ਖੂਨ ਦੀਆਂ ਹੀ ਗੱਲਾਂ ਕਰਦੇ ਨੇ ਧਰਮ ਦੇ ਨਾਂ ਤੇ ਉਹ ਖੂਨ ਦੀਆਂ ਗੱਲਾਂ ਕਰਦੇ ਨੇ ਗੁਰਬਾਣੀ ਕਹਿੰਦੀ ਜਿੱਥੇ ਜਾਓ ਉੱਥੋਂ ਅੰਮ੍ਰਿਤ ਪੀ ਲਓ ਉੱਥੋਂ ਗੁਣ ਗ੍ਰਹਿਣ ਕਰ ਲਓ ਹਰ ਥਾਂ ਤੇ ਗੁਣ ਹੈ ਗੁਣ ਗ੍ਰਹਿਣ ਕਰਨ ਲਈ ਆਏ ਆ ਸਭ ਤੋਂ ਵਧੀਆ ਗੁਣ ਗ੍ਰਹਿਣ ਕਰਨ ਦਾ ਤਰੀਕਾ ਹੈ ਗੁਣਾਂ ਵਾਲਿਆਂ ਨਾਲ ਜੁੜ ਜਾਓ ਸਭ ਤੋਂ ਵੱਡਾ ਗੁਣਾ ਵਾਲਾ ਪ੍ਰਮਾਤਮਾ ਹੈ ਸਤਿਗੁਰ ਜੀ ਕਹਿੰਨੇ ਕਿ ਉਹ ਬੰਦਿਆ ਤੇਰੇ ਤੇ ਕਿੰਨੀ ਵੱਡੀ ਰਹਿਮਤ ਕੀਤੀ ਪ੍ਰਮਾਤਮਾ ਨੇ ਕਿੱਡੀ ਵੱਡੀ ਰਹਿਮਤ ਹੈ ਕਦੀ ਰੱਬ ਦੇ ਤੂੰ ਇਹਨਾਂ ਗੁਣਾਂ ਨੂੰ ਹੀ ਚੇਤੇ ਕਰ ਲਿਆ ਕਰ ਠੀਕ ਹੈ ਤੂੰ ਰਾਮ ਰਾਮ ਨਾ ਕਰ ਠੀਕ ਹੈ ਤੂੰ ਕਹਿ ਕੇ ਮਾਲਾ ਨਹੀਂ ਮੇ ਫੇਰਨੀ ਮੈਂ ਤੀਰਥਾਂ ਤੇ ਨਹੀਂ ਜਾਣਾ ਤੇਰੀ ਮਰਜ਼ੀ ਹੈ ਧਰਮ ਗ੍ਰੰਥ ਨਹੀਂ ਪੜ੍ਹਨੇ ਤੇਰੀ ਮਰਜ਼ੀ ਹੈ ਪਰ ਤੂੰ ਰੱਬ ਦੀਆਂ ਦਿੱਤੀਆਂ ਦਤਾਂ ਵਾਲੀ ਦੇਖ ਕੇ ਉਹਨੂੰ ਯਾਦ ਕਰ ਲਿਆ ਕਰ ਕੋਈ ਬੰਦਾ ਸਾਨੂੰ ਮਾੜੀ ਜੀ ਮਦਦ ਕਰੇ ਨਾ ਸੀ ਉਹਨੂੰ ਕਿੰਨਾ ਯਾਦ ਕਰਦੇ ਆ ਧੰਨਵਾਦ ਕਰਦੇ ਆ ਸਤਗੁਰੂ ਜੀ ਕਹਿੰਦੇ ਦੇਖ ਰੱਬ ਨੇ ਤੇਰੇ ਤੇ ਕਿੰਨੀ ਵੱਡੀ ਕਿਰਪਾ ਕੀਤੀ ਰਾਮਾਇਆ ਕੇ ਗੁਣ ਚੇਤ ਪ੍ਰਾਨੀ ਉਹ ਪਰਮਾਤਮਾ ਤੇ ਪਰਉਪਕਾਰ ਗੁਣ ਚੇਤੇ ਕਰ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਤੇਰਾ ਮੂਲ ਕੀ ਐ ਤੇ ਤੈਨੂੰ ਰੱਬ ਨੇ ਬਣਾ ਕੇ ਦਿੱਤਾ ਜੇ ਆਪਾਂ ਮੂਲ ਦੇਖੀਏ ਦੇਖਣ ਨੂੰ ਜੀ ਨਹੀਂ ਕਰੇਗਾ ਮਾਂ ਕੀ ਰਕਤ ਮਾਂ ਦੀ ਰਖਤ ਤੋਂ ਬਣਿਆ ਪਿਤਾ ਬਿੰਦ ਤਾਰਾ ਪਿਤਾ ਦੇ ਬਿੰਦ ਤੋਂ ਬਣਿਆ ਆਪਾਂ ਜਿਹਨੂੰ ਆਪਾਂ ਗੰਦਗੀ ਕਹਿੰਦੇ ਆਂ ਉੱਥੋਂ ਬਣਿਆ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਤੇਰਾ ਕਿੰਨਾ ਸੋਹਣਾ ਸਰੂਪ ਰੱਬ ਨੇ ਬਣਾ ਦਿੱਤਾ ਹੈ ਗੰਦਗੀ ਚੋਂ ਜਿਵੇਂ ਚਿੱਕੜ ਦੇ ਵਿੱਚੋਂ ਕਵਲ ਨਹੀਂ ਉਗਦਾ ਕਿੰਨਾ ਸੋਹਣਾ ਤੇਰਾ ਸਰੂਪ ਬਣਾ ਦਿੱਤਾ ਜਿਹਨੂੰ ਤੂੰ ਸਾਜ ਸਵਾਰ ਸ਼ਿੰਗਾਰਿਆ ਤੇਰਾ ਢਾਂਚਾ ਸਜਿਆ ਇਹਨੂੰ ਚੰਗੀ ਤਰ੍ਹਾਂ ਸਵਾਰ ਕੇ ਸੋਹਣਿਆ ਬਣਾਇਆ ਇਹਨੂੰ ਫਿਰ ਸ਼ਿੰਗਾਰ ਦਿੱਤਾ ਨੈਣ ਨਕਸ ਲਗਾ ਕੇ ਸੋਹਣਿਆ ਅੱਖਾਂ ਲਗਾ ਕੇ ਨਕ ਲਗਾ ਕੇ ਮੂੰਹ ਚ ਦੰਦ ਲਗਾ ਕੇ ਸੋਹਣਾ ਸਰੂਪ ਬਣਾ ਦਿੱਤਾ ਤੇਰਾ ਮਾਤ ਘਰ ਮੈਂ ਜਿਨੇ ਉਬਾਰਿਆ ਜਿਨੇ ਮਾਤਾ ਦੀ ਜਠਰ ਅਗਨੀ ਵਿੱਚ ਤੇਰੀ ਪਰਪਾਲਣਾ ਕੀਤੀ ਬਾਰ ਵਸਤਾ ਤੁਝੇ ਪਿਆਰੇ ਦੁੱਧ ਇਹ ਦਾਤਾਂ ਬੜੀਆਂ ਅਮੋਲ ਨੇ ਅਮੋਲ ਨੇ ਬੱਚਾ ਜਨਮੇ ਉਹਨੂੰ ਦੁੱਧ ਹੀ ਨਾ ਮਿਲੇ ਬੱਚਾ ਜਨਮੇ ਉਹਨੂੰ ਦੁੱਧ ਨਾ ਮਿਲੇ ਤੁਸੀਂ ਕਹੋ ਜੀ ਬੜੀਆਂ ਰੋਟੀਆਂ ਖਵਾ ਦੇਵਾਂਗੇ ਬੜਾ ਪੈਸਾ ਸੋਨਾ ਖਵਾ ਦੇਵੇਂ ਖਵਾ ਦਿਓ ਉਸਨੂੰ ਬੱਚੇ ਦਾ ਆਧਾਰ ਦੁੱਧ ਹੈ ਬਾਰਵਸਤਾ ਤੁਝੇ ਪਿਆਰੇ ਦੁੱਧ ਜਿਸ ਪ੍ਰਮਾਤਮਾ ਨੇ ਬਾਲਵਸਤਾ ਤੇਰੇ ਲਈ ਦੁੱਧ ਦਾ ਪ੍ਰਬੰਧ ਕੀਤਾ ਤੇਰੇ ਆਉਣ ਤੋਂ ਪਹਿਲਾਂ ਹੀ ਕਰ ਦਿੱਤਾ ਭਰ ਜੋਵਨ ਭੁਖਸ ਭੋਜਨ ਸੁਖਸੋਦ ਅਜਵਾਨੀ ਵਿੱਚ ਜਿੰਨੀਆਂ ਸੁੱਖ ਸਹੂਲਤਾਂ ਇਹ ਰੱਬ ਦੀਆਂ ਦਿੱਤੀਆਂ ਨੇ ਤੂੰ ਥੋੜਾ ਜਿਆ ਸਿਆਣਾ ਹੋ ਕੇ ਕਹਿਣ ਲੱਗਾ ਜੀ ਮੈਂ ਬੜਾ ਕੰਮ ਕਰਦਾ ਮੈਂ ਘਰ ਬਣਾ ਲਿਆ ਮੈਂ ਕਾਰੋਬਾਰ ਚਲਾ ਲਿਆ ਇਹ ਪ੍ਰਮਾਤਮਾ ਨੇ ਦਿੱਤੀਆਂ ਨੇ ਮਿਰਦ ਪਿਆਉ ਉੱਪਰ ਸਾਖ ਸੈਨ ਜਦੋਂ ਤੂੰ ਬਜ਼ੁਰਗ ਹੋ ਜਾਂਦਾ ਹੈ ਉਦੋਂ ਤੇਰੇ ਉੱਪਰ ਰਿਸ਼ਤੇਦਾਰ ਸਬੰਧੀ ਆ ਜਾਂਦੇ ਨੇ ਪਰ ਸਤਗੁਰੂ ਜੀ ਕਹਿੰਦੇ ਇਹ ਨਿਰਗੁਣ ਗਨਕਛੂ ਨਾ ਬੁੱਝੇ ਬੰਦਾ ਇੰਨਾ ਅਕਿਰਤ ਕਣ ਹੈ ਇਹ ਗੁਣਾਂ ਵਾਲੀ ਗੱਲ ਨਾਲ ਤੇ ਜੁੜਦਾ ਹੀ ਨਹੀਂ ਹੈ ਜੋ ਕੁਝ ਹੈ ਜੋ ਕੁਝ ਵਾਹਿਗੁਰੂ ਜੀ ਨੇ ਬਖਸ਼ ਦਿੱਤਾ ਹੈ ਬਿਨਾਂ ਮੰਗਣ ਤੋਂ ਬਿਨਾਂ ਪੈਸਿਆਂ ਤੋਂ ਬਿਨਾਂ ਹਿੰਮਤ ਤੋਂ ਉਹ ਇਹਨੂੰ ਚੇਤੇ ਨਹੀਂ ਹੈ ਜੋ ਕੁਝ ਇਹ ਚਾਹੁੰਦਾ ਨਹੀਂ ਮਿਲਿਆ ਤੇ ਕਹਿੰਦਾ ਰੱਬ ਕਹਦਾ ਮੇਰੀ ਗੱਲ ਹੀ ਨਹੀਂ ਸੁਣਦਾ ਰੱਬ ਤਾਂ ਪਤਾ ਨਹੀਂ ਕਿਤੇ ਗਵਾਚ ਗਿਆ ਰੱਬ ਤਾਂ ਪਤਾ ਨਹੀਂ ਮੈਨੂੰ ਭੁੱਲੀ ਗਿਆ ਸਤਗੁਰੂ ਜੀ ਕਹਿੰਦੇ ਮਨੁੱਖ ਔਗਣਾ ਨਾਲ ਜੁੜਿਆ ਹੈ ਬਾਬਾ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਦੋ ਹੀ ਤਰ੍ਹਾਂ ਦੇ ਪ੍ਰਾਣੀਆਂ ਦੀ ਗੱਲ ਕੀਤੀ ਭਗਤ ਸਾਹਿਬ ਜੀ ਨੇ ਕਹਿਣ ਲੱਗੇ ਕੋ ਲੋਕ ਨੇ ਜਿਹੜੇ ਕੇਵਲ ਦੁਨਿਆਵੀ ਦੁਨੀਆਂ ਦੀ ਧਨ ਦੌਲਤ ਨੂੰ ਇਕੱਠੀਆਂ ਕਰੀ ਚਲੇ ਜਾਂਦੇ ਨੇ ਇਕੱਠੀਆਂ ਕਰੀ ਚਲੇ ਜਾਂਦੇ ਨੇ ਭਗਤ ਜੀ ਉਹਨਾਂ ਨੇ ਮੂਰਖ ਕਿਹਾ ਬੜੀਆਂ ਉਦਾਹਰਣਾਂ ਦਿੱਤੀਆਂ ਨੇ ਪਰ ਕਹਿਣ ਲੱਗੇ ਇੱਕ ਉਹ ਲੋਕ ਨੇ ਜਿਹੜੇ ਗੁਣਾਂ ਦੇ ਗਾਹਕ ਬਣਦੇ ਨੇ ਜਿਹੜੇ ਗੁਣ ਗ੍ਰਹਿਣ ਕਰਕੇ ਜ਼ਿੰਦਗੀ ਦਾ ਆਨੰਦ ਮਾਣਦੇ ਨੇ ਜਦੋਂ ਵੀ ਆਨੰਦ ਮਿਲਣਾ ਹੈ ਉਹ ਤੁਹਾਡੇ ਗੁਣਾਂ 'ਚੋਂ ਮਿਲਣਾ ਹੈ ਜੇ ਤੁਹਾਡੇ ਅੰਦਰ ਸੇਵਾ ਦੀ ਭਾਵਨਾ ਹੈ ਜੇ ਤੁਹਾਡੇ ਅੰਦਰ ਪਰਉਪਕਾਰ ਦੀ ਭਾਵਨਾ ਹੈ ਜੇ ਤੁਹਾਡੇ ਅੰਦਰ ਸੰਤੋਖ ਹੈ दया ਹੈ प्यार है ਤੁਹਾਡੀ ਜਿੰਦਗੀ ਦੇ ਆਨੰਦ ਨੂੰ ਕੋਈ ਕਦੀ ਖੋ ਨਹੀਂ ਸਕਦਾ ਜਿਨ੍ਹਾਂ ਨੂੰ ਆਨੰਦ ਆ ਗਿਆ ਉਹਨਾਂ ਨੂੰ ਤੇ ਦੁਨੀਆ ਨੇ ਤੱਤੀਆਂ ਤਵੀਆਂ ਤੇ ਬਿਠਾ ਕੇ ਵੀ ਤਪਾਉਣਾ ਚਾਹਿਆ ਪਰ ਉਹ ਤਪੇ ਨਾ ਆਨੰਦ ਵਿੱਚ ਹੀ ਰਹੇ ਕਿਉਂਕਿ ਉਹਨਾਂ ਦੇ ਕੋਲ ਗੁਣ ਨੇ ਉਹਨਾਂ ਦੇ ਅੰਦਰ ਸਤ ਸੰਤੋਖ दया ਧਰਮ ਪਿਆਰ ਹੈ ਇਹ ਹੈ ਆਨੰਦ ਦਾ ਕਰ ਪਰ ਜੇ ਤੁਹਾਡੇ ਕੋਲ ਦੁਨੀਆ ਦੀ ਸਾਰੀ ਦੌਲਤ ਹੈ ਰੁਤਬੇ ਨੇ ਸਭ ਕੁਝ ਹੈ ਲਾਲਸ਼ਕਰ ਹੈ ਤੁਹਾਡੇ ਅੰਦਰ ਦਇਆ ਨਹੀਂ ਪਿਆਰ ਨਹੀਂ ਸੰਤੋਖ ਨਹੀਂ ਤੀਰਜ ਨਹੀਂ ਹਮਦਰਦੀ ਨਹੀਂ ਤੁਹਾਨੂੰ ਕੋਈ ਦੁਨੀਆ ਦੀ ਵਸਤੂ ਸੁખી ਨਹੀਂ ਕਰ ਸਕਦੀ ਗੁਰਬਾਣੀ ਗੁਣਾਂ ਦੀ ਗਾਖ ਬਣਦੀ ਪ੍ਰੇਰਣਾ ਕਰ ਰਹੀ ਹੈ ਸਤਿਗੁਰੂ ਸਾਹਿਬ ਜੀ ਇਸ ਮੁਖਵਾਕ ਦੇ ਰਹੀ ਜੋ ਬਖਸ਼ ਸਾਡੇ ਤੇ ਕਰੇ ਨੇ ਆਓ ਆਪਾਂ ਮਿਲ ਕੇ ਗੁਰੂ ਕੇ ਨ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਗੁਰੂ ਪਿਆਰ ਚ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਦੇ ਹਿੱਤ ਸਾਰੇ ਹੀ ਅਦਬ ਸਹਿਤ ਉਚਾਰਨ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਂਗੇ ਆਵਨ ਨਾਂਗੇ ਜਾਣਾ ਕੋਈ ਨ ਰਹਿ ਰਾਜ ਰਾਨ ਸ਼੍ਰੀਮਾਨ ਭਗਤ ਕਬੀਰ ਸਾਹਿਬ ਜੀ ਦੇ ਇਹ ਅੰਮ੍ਰਿਤ ਵਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 1157 ਅਤੇ 58 ਤੇ ਅੰਕਿਤ ਨੇ ਭਗਤ ਜੀ ਨੇ ਜੋ ਮੁੱਖ ਬਾਕ ਦੇ ਕੇਂਦਰੀ ਬਚਨ ਜਿੱਥੇ ਸੈਂਟਰਲ ਆਈਡੀਆ ਅੰਕਤ ਹੈ ਕਹੇ ਨੇ ਕਿ RAM ਰਾਜਾ ਨੌ ਨਿਧ ਮੇਰੈ ਸੰਪੇ ਹੇਤ ਕਲਤ ਤਨ ਤੇਰੈ ਭਈ ਮੇਰੇ ਲਈ ਤਾਂ ਉਹ RAM ਰਾਜਾ ਪਰਮਾਤਮਾ ਜਿਹੜਾ ਸਾਰਿਆਂ ਦਾ ਮਾਲਕ ਹੈ ਸਾਰਿਆਂ ਦਾ ਰਾਜਾ ਹੈ ਉਹਦਾ ਨਾਮ ਹੀ ਮੇਰੇ ਲਈ ਨੌ ਨਿਧਾਂ ਦਾ ਕਰ ਹੈ ਨੌ ਨਿਧ ਨੌ ਖਜ਼ਾਨੇ ਗਿਣੇ ਨੇ ਦੁਨੀਆ ਦੇ ਲੋਕਾਂ ਨੇ ਤੇ ਉਹਨਾਂ ਖਜ਼ਾਨਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਕੁਝ ਦੁਨੀਆ ਕਰ ਰਹੀ ਹੈ ਅਜ ਤੱਕ ਨੌ ਕਿਸੇ ਨੂੰ ਮਿਲੇ ਨਹੀਂ ਹੈ ਇੱਕ ਗ੍ਰੰਥਾਂ 'ਚ ਹੀ ਆਪਾਂ ਦੇਖਦੇ ਹੈਗੇ ਨੇ ਨੌ ਪਰ ਨੌ ਕਿਸੇ ਕੋਲ ਨਹੀਂ ਹੈ ਬਹੁਤਿਆਂ ਨੂੰ ਤੇ ਨੌ ਦੇ ਨਾਂ ਹੀ ਨਹੀਂ ਪਤੇ ਮੇਰੇ ਵਰਗਿਆਂ ਨੂੰ ਲੇਕਿਨ ਪ੍ਰਮਾਤ ਭਗਤ ਕਹਿੰਦੇ ਨੇ ਕਿ ਵਾਹਿਗੁਰੂ ਜੀ ਦਾ ਨਾਮ ਹੀ ਮੇਰੇ ਲਈ ਨੌ ਨਿਦਾਂ ਦਾ ਕਰ ਹੈ ਦੁਨੀਆ ਕਲਬ੍ਰਸਲੀ ਤਰਫ ਦੀ ਹੈ ਗ੍ਰੰਥਾਂ ਨੇ ਲਿਖਿਆ ਕੋ ਕਲਬ੍ਰਸ ਹੈ ਸਵਰਗਾ ਚ ਸਵਰਗ ਵੀ ਕਲਪੀ ਨੇ ਹਵਾ ਚੀ ਕਲਪਵ੍ਰਸ ਹੈ ਕੋਈ ਪਾਰ ਜਾ ਦਰਖਤ ਹੈ ਕੋਈ ਉਥੇ ਕਾਮਤਨ ਗਉਵੇ ਕੋਈ ਇਹ ਗ੍ਰੰਥਾਂ ਜੀ ਪੜ੍ਹਦੇ ਜੇ ਕਿਸੇ ਨੇ ਦੇਖੀਆਂ ਤੇ ਦੱਸੋ ਭਾਈ ਅਸੀਂ ਵੀ ਦੇਖ ਲਈਏ ਕੋ ਕਾਮਤਨ ਦੇਖਿਆ ਤੇ ਦੱਸੋ ਪਾਰ ਜਾਤੇ ਹਰ ਕੋ ਨਾਮ ਕਾਮਤਨ ਹਰ ਹਰ ਮੁਰਗਾਂ ਸਭ ਤੇ ਉੱਤਮ ਹਰ ਕੀ ਕਥਾ ਪਰਮਾਤਮਾ ਦਾ ਨਾਮ ਪਾਰ ਜਾਤੇ ਮਨੁੱਖ ਨੂੰ ਬਹੁਤ ਭਲੇਖੇ ਚ ਰੱਖਿਆ ਧਾਰਮਿਕ ਲੋਗਾਂ ਨੇ ਵੱਡਾ ਸ਼ੋਸ਼ਣ ਮਨੁੱਖ ਦਾ ਧਰਮ ਦੇ ਨਾਂ ਤੇ ਕੀਤਾ ਜਾਂਦਾ ਹੈ ਸਵਰਗ ਦੇ ਨਾਂ ਤੇ ਕਿ ਇਹ ਜ਼ਿੰਦਗੀ ਤੋਂ ਬਾਅਦ ਕੋਈ ਸਵਰਗ ਹੈ ਇਹ ਜ਼ਿੰਦਗੀ ਨਰਕ ਬਣਾ ਦਿਓ ਤੇ ਮਰਨ ਤੋਂ ਬਾਅਦ ਇਹਨੂੰ ਕੋਈ ਸਵਰਗ ਮਿਲੇਗਾ ਬੜਾ ਵਧੀਆ ਲਾਰੇ ਮਰਨ ਤੋਂ ਬਾਅਦ ਮਰਨ ਤੋਂ ਬਾਅਦ ਸਵਰਗ ਕਰਨਾ ਵੀ ਕੀ ਆਪਾਂ ਜੇ ਹੁਣ ਨਰਕ ਚ ਰਹੇ ਤੇ ਸਾਨੂੰ ਕਿਸੇ ਸਵਰਗ ਦੀ ਲੋੜ ਨਹੀਂ ਇਹ ਧਰਤੀ ਨੂੰ ਸਵਰਗ ਬਣਾਉਣਾ ਸੀ ਇਹ ਧਰਤੀ ਨੂੰ ਨਰਕ ਬਣਾਇਆ ਅਖੌਤੀ ਧਾਰਮਿਕ ਲੋਕਾਂ ਨੇ ਅਖੌਤੀ ਧਰਮ ਜਿਹੜੇ ਲੋਕਾਂ ਦੀ ਕਿਰਤ ਦੇ ਉੱਪਰ ਆਪ ਮੌਜਾਂ ਲੁੱਟਦੇ ਨੇ ਤੇ ਦੁਨੀਆ ਵਿਚਾਰੀ ਠੱਕੇ ਖਾਂਦੀ ਫਿਰਦੀ ਹੈ ਅਖੌਤੀ ਧਾਰਮਿਕ ਲੋਕਾਂ ਨੇ ਮਨੁੱਖ ਦਾ ਸ਼ੋਸ਼ਣ ਕੀਤਾ ਹੋਇਆ ਮਨੁੱਖ ਨੂੰ ਅਗਿਆਨਤਾ 'ਚ ਰੱਖਿਆ ਮਨੁੱਖ ਨੂੰ ਜ਼ਿੰਦਗੀ ਦੀ ਵੈਲਿਊ ਨਹੀਂ ਦੱਸੀ ਮਨੁੱਖ ਨੂੰ ਜ਼ਿੰਦਗੀ ਦੀ ਸਮਰੱਥਾ ਨਹੀਂ ਦੱਸੀ ਇਹ ਮਨੁੱਖ ਰੱਬ ਦਾ ਰੂਪ ਹੈ ਇਹ ਮਨੁੱਖ ਸਗਲ ਸਿਤ ਦਾ ਰਾਜਾ ਹੈ ਫਿਰ ਇਹਨੂੰ ਕਹਤ ਹੈ ਤੂੰ ਇੰਨੇ ਆ ਤੀਰਥਾਂ ਤੇ ਨਹਾ ਤੈਨੂੰ ਸੁੱਖ ਮਿਲ ਜਾਏਗਾ ਇਹਨੂੰ ਕਹਤਾ ਤੋ ਇਨੇ ਤਪ ਕਰ ਇਨੇ ਦਾਨ ਕਰ ਤੈਨੂੰ ਸੁੱਖ ਮਿਲ ਜਾਏਗਾ ਇੱਥੇ ਜਾ ਕੇ ਮਰ ਜਾ ਤੈਨੂੰ ਮੁਕਤੀ ਮਿਲ ਜਾਏਗੀ ਇੱਥੇ ਜਾ ਕੇ ਆਰੀ ਨਾਲ ਖੜ ਜਾ ਤੈਨੂੰ ਮੁਕਤੀ ਮਿਲ ਜਾਏਗੀ ਇਹਦੋਂ ਵੱਡਾ ਕਰਾਇਮ ਕੀ ਹੋ ਸਕਦਾ ਹੈ ਧਰਮ ਦੀ ਦੁਨੀਆ 'ਚ ਔਰ ਬੇਅੰਤ ਮਨੁੱਖਤਾ ਇਦਾਂ ਹੀ ਖਤਮ ਹੋ ਗਈ ਇਹ ਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਉਹ ਸਿਰਫ ਤਾਂ ਸਰਬ ਚਾਨਣ ਦਿੱਤਾ ਹੈ ਗਿਆਨ ਦਿੱਤਾ ਕਿਤੇ ਭੁੱਖੇ ਬੈਠਣ ਦੀ ਲੋੜ ਨਹੀਂ ਐ ਰੱਜ ਕੇ ਰੋਟੀ ਖਾਓ ਰੱਜ ਕੇ ਮਿਹਨਤ ਕਰੋ ਰੱਜ ਕੇ ਰੋਟੀ ਖਾਓ ਸੋਨੇ ਕੱਪੜੇ ਪਾਓ ਸੋਨੇ ਘਰ ਰੱਖੋ ਕੋਲ ਤੁਹਾਡਾ ਸੁਣਾ ਪਰਿਵਾਰ ਹੋਣਾ ਚਾਹੀਦਾ ਹੈ ਗੱਡੀਆਂ ਕਾਰਾਂ ਹੋਣੀਆਂ ਚਾਹੀਦੀਆਂ ਨੇ ਦੁਨੀਆ ਦੀ ਧਨ ਦੌਲਤ ਹੋਣੀ ਚਾਹੀਦੀ ਹੈ ਪਰ ਸਭ ਕੁ ਹੁੰਦਿਆ ਆਪਣੇ ਪਰਮਾਤਮਾ ਨੂੰ ਨਾ ਭੁਲਾਓ ਉਸ ਪਰਮਾਤਮਾ ਦੇ ਸ਼ੁਕਰਾਨੇ ਚ ਦੋ ਗੱਲਾਂ ਚਤੇ ਰੱਖੋ ਇੱਕ ਪਰਮਾਤਮਾ ਦਾ ਪਿਆਰ ਇੱਕ ਪਰਮਾਤਮਾ ਦੀ ਬਣਾਈ ਮਨੁੱਖਤਾ ਦਾ ਪਿਆਰ ਪਰਮਾਤਮਾ ਦੀ ਬਣਾਈ ਮਨੁੱਖਤਾ ਦੀ ਸੇਵਾ ਤੇ ਸਿਮਰਨ ਪਰਮਾਤਮਾ ਦਾ ਸੇਵਾ ਤੇ ਸਿਮਰਨ ਸਾਡੀ ਜ਼ਿੰਦਗੀ ਦਾ ਆਧਾਰ ਹੈ ਸਿਮਰਨ ਪਰਮਾਤਮਾ ਦਾ सेवा मनुक्ता ਦੀ ਰੱਬ ਦੀ ਕਾਦੀ ਸੇਵਾ ਕਰੋਗੇ ਤੁਸੀਂ ਰੱਬ ਨੂੰ ਕੀ ਫੁੱਲ ਚੜਾਆਂ ਰੱਬ ਦਾ ਕੀ ਸੁਧਰ ਜਾਏਗਾ ਨਹੀਂ ਚੜਾਓਗੇ ਕੀ ਵਿਗੜ ਜਾਏਗਾ ਰੱਬ ਦੇ ਬਣਾਏ ਸੋਹਣੇ ਧਰਤੀ ਦਾ ਸ਼ਿੰਗਾਰ ਫੁੱਲਾਂ ਨੂੰ ਤੋੜ ਤੋੜ ਕੇ ਐਵੇਂ ਮੂਰਤੀਆਂ ਕਿ ਚੜਾਉਣੇ ਕੋ ਪੂਜ ਹੈ ਇਹ ਧਰਤੀ ਦਾ ਸ਼ਿੰਗਾਰ ਨਹੀਂ ਫੁੱਲ ਬੰਦਾ ਆਪ ਫੁੱਲ ਲਾਉਣਾ ਨਹੀਂ ਚਾਹੁੰਦਾ ਬੂਟੇ ਲਾਉਣਾ ਨਹੀਂ ਚਾਹੁੰਦਾ ਧਰਮ ਦੇ ਨਾਂ ਤੇ ਬਰਬਾਦ ਹੀ ਕਰਨਾ ਚਾਹੁੰਦਾ ਧਰਮ ਹੈ ਬੂਟੇ ਲਾਉਣਾ ਧਰਮ ਹੈ ਫੁੱਲ ਲਗਾਉਣਾ ਧਰਤੀ ਸ਼ਿੰਗਾਰੀ ਜਾਏ ਇਹ ਤੇ ਧਰਮ ਹੈ ਪਰ ਫੁੱਲਾਂ ਨੂੰ ਤੋੜ ਕੇ ਪੈਰਾਂ ਚੁੱਲਣਾ ਤੇ ਕਿਤੇ ਧਰਮ ਨਹੀਂ ਹੈ। ਪਰ ਧਰਮ ਸਮਝਿਆ ਜਾ ਰਿਹਾ ਸਾਡੇ ਮੁਲਕ ਦੇ ਅੰਦਰ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਮਨੁੱਖਤਾ ਦੀ ਸੇਵਾ ਤੇ ਪਰਮਾਤਮਾ ਦਾ ਸਿਮਰਨ। ਇਹ ਇੱਕ ਰਸਤਾ ਹੈ ਜਿੰਦਗੀ ਨੂੰ ਸੁਖੀ ਬਣਾਉਣ ਦਾ। ਭਗਤ ਜੀ ਕਹਿੰਦੇ ਕਿ ਮੇਰੇ ਲਈ ਜ਼ਿੰਦਗੀ ਦੇ ਅੰਦਰ ਪਰਮਾਤਮਾ ਦਾ ਨਾਮ ਹੀ ਨੌ ਨਿਦਾਂ ਦਾ ਘਰ ਹੈ। ਇਹੀ ਪਾਰ ਜਾਤ ਹੈ, ਇਹੀ ਕਲਪ੍ਰਜਾਤ। ਇਹੀ ਮੇਰੇ ਲਈ ਕਾਂਤੀਨ ਹੈ। ਮੈਂ ਪਰਮਾਤਮਾ ਦੇ ਨਾਮ 'ਤੇ ਜੋ ਮੰਗਾ ਮੈਨੂੰ ਮਿਲਦਾ ਹੈ, ਉਹ ਤੋਂ ਵੱਡੀ ਕੋਈ ਕਾਮ ਤਾਨੂੰ ਹੋ ਸਕਦੀ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿੰਨ ਉਹ ਜੇ ਕੋ ਕਾਮ ਤਿੰਨ ਗਉ ਤੇ ਰੱਬ ਦੀ ਬਣਾਈ ਆ ਪਰ ਰੱਬ ਨਾਲ ਕਿਉਂ ਨਹੀਂ ਜੁੜਦੇ ਜੇ ਕੋ ਕਲ ਬ੍ਰਿਸ਼ ਦਰਖਤ ਹੋਏਗਾ ਤੇ ਰੱਬ ਦਾ ਬਣਾਇਆ ਅਸੀਂ ਰੱਬ ਦੇ ਨਾਲ ਕਿਉਂ ਨਹੀਂ ਜੁੜਦੇ ਭਗਤ ਜੀ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਹੀ ਮੇਰੇ ਲਈ ਨੌ ਨਿਧਾਂ ਦਾ ਘਰ ਹੈ ਸੰਪੈ ਹੇਤ ਕਲਪ ਧਨ ਤੇਰੇ ਉਹ ਬੰਦਿਆ ਤੂੰ ਜ਼ਿੰਦਗੀ ਚ ਪੈਸੇ ਇਕੱਠੇ ਕਰਨ ਵਾਲੇ ਬੰਨੇ ਲੱਗਿਆ ਹੋਇਆ ਹੈ ਨੇ ਜੀ ਸਾਰਾ ਦਿਨ ਖਾਮਚੋਂ ਵੇਲ ਹੀ ਨਹੀਂ ਰੱਬ ਨੂੰ ਤੇ ਕਿੱਥੇ ਜਪਣਾ ਰੋਟੀ ਖਾਣ ਦਾ ਵੇਲ ਨਹੀਂ ਸਾਡੇ ਕੋਲ ਕਰੀ ਜਾਓ ਇਕੱਠੇ ਬਈ ਕਰੀ ਜਾਓ ਤੁਹਾਡੀ ਜ਼ਿੰਦਗੀ ਐ ਰੱਜ ਕੇ ਕਰੋ ਰੱਜ ਕੇ ਸਰੀਰ ਨੂੰ ਮਾਰ ਲਓ ਰੋਗਾਂ ਦੀ ਪੰਡ ਬਣਾ ਲਓ ਰੱਬ ਤੇ ਗਿਲਾ ਨਾ ਕਰਿਓ ਤੁਸੀਂ ਕਿ ਰੱਬਾ ਸਾਨੂੰ ਰੋਗ ਰਾਹ ਦਿੱਤੇ ਨੇ ਰੱਬ ਨੇ ਤੇ ਕੋਈ ਰੋਗ ਨਹੀਂ ਲਾਇਆ ਅਗਜ ਜੀ ਕਹਿੰਦੇ ਸੰਪਹਿਤ ਕਲਤ ਕਲਤ ਦਾ ਅਰਥ ਐ ਸਤਰੀ ਤੇਰਾ ਕੰਮ ਤਾਂ ਸਿਰਫ ਪੈਸੇ ਇਕੱਠੇ ਕਰਨਾ ਮੌਜ ਮੇਲੇ ਮੰਨਣਾ ਹੀ ਐ ਭਈ ਸਾਡੇ ਲਈ ਸਭ ਤੋਂ ਵੱਡਾ ਕੰਮ ਹੈ ਪਰਮਾਤਮਾ ਦੇ ਪਿਆਰ ਜੁੜ ਕੇ ਇਹੀ ਸਾਡੇ ਲਈ ਨੋਂ ਨਿਧਾ ਨੇ ਤੇ ਭਗਤ ਜੀ ਨੇ ਬਚਨ ਕੇ ਜਿੱਥੋਂ ਤੱਕ ਦੁਨੀਆ ਦੀ ਗੱਲ ਹੈ ਨਾਂਗੇ ਆਵਨ ਨਾਂਗੇ ਜਨ ਭਈ ਜਦੋਂ ਆਏ ਸੀ ਨੰਗੇ ਆਏ ਸੀ ਆਪਾਂ ਕੋਈ ਕੱਪੜਾ ਨਹੀਂ ਸੀ ਸਰੀਰ ਦੇ ਉੱਪਰ ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਰੰਕੇ ਨੰਗਾ ਹੀ ਹੁੰਦਾ ਇੱਥੇ ਏ ਕੋ ਹਾਲਤ ਚਾਉਂਦਾ ਭਾਵੇਂ ਕੋ ਬ੍ਰਾਹਮਣ ਹੈ ਤੇ ਭਾਵੇਂ ਜਿਹਨੂੰ ਕਿਹਾ ਨਿਵੀ ਜਨ ਹੈ ਉਹ ਵੀ ਨੰਗਾ ਹੀ ਆਉਂਦੇ ਸਾਰੇ ਅਸੀਂ ਬਰਾਬਰ ਆਉਨੇ ਆ ਬਰਾਬਰਤਾ ਦਿੱਤੀ ਹੈ ਪ੍ਰਮਾਤਮਾ ਨੇ ਕਿਸੇ ਨਾਲ ਕੋਈ ਵੈਰ ਵਿਤਕਰਾ ਨਹੀਂ ਕੀਤਾ ਹੈ ਤੇ ਉਹ ਚਨੀ ਦੇ ਭੇਦਭਾਵ ਬੰਦੇ ਦੇ ਬਣਾ ਲੇ ਕਹਿਣ ਲਗੀ ਜਾਣਾ ਵੀ ਨੰਗੀ ਨਹੀਂ ਹੈ ਖਾਲੀ ਹੱਥ ਜਾਣਾ ਕੋਈ ਅੱਜ ਤੱਕ ਇਹ ਨਹੀਂ ਹੈ ਕਿ ਹੱਥ ਵਿੱਚ ਬੜੀ ਦੌਲਤ ਦੇ ਬੈਗ ਲੈ ਕੇ ਗਿਆ ਇੱਥੋਂ ਜਾਂ ਅੱਜ ਤੱਕ ਇਹ ਨਹੀਂ ਕਿ ਬੜੇ-ਬੜੇ ਮਹਿੰਗੇ ਕੀਮਤੀ ਕੱਪੜੇ ਪਾ ਕੇ ਗਿਆ ਖਾਲੀ ਹੱਥ ਜਾਂਦਾ ਹੈ ਨੰਗਾ ਇੱਥੋਂ ਜਾਂਦਾ ਹੈ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਣਾ ਹੁਕਮ ਕੀਏ ਮਨ ਭਾਵੰਦੇ ਰਾ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚੱਲਿਆ ਜਾਣ ਲੱਗਿਆ ਵੀ ਨੰਗੀਆਂ ਹੀ ਜਾਣੇ ਜਿਨੇ ਮਰਜ਼ੀ ਕੀਮਤੀ ਕੱਪੜੇ ਪਾ ਲਈਏ ਸੋਹਣੇ ਕੱਪੜੇ ਪਾ ਲਈਏ ਕਿ ਜੀ ਅਸੀਂ ਬੜੇ ਪਰਦੇ ਦੇ ਵਿੱਚਾਂ ਬੜੀ ਇੱਜ਼ਤ ਬਣਾਈ ਹੋਈ ਹੈ ਇੱਜ਼ਤ ਤਾਂ ਬਣੇਗੀ ਜੇ ਸਾਡੇ ਪੱਲੇ ਗੁਣ ਨੇ ਕਪੜਿਆਂ ਨੇ ਇੱਜ਼ਤ ਨਹੀਂ ਬਣਾਉਣੀ ਕਪੜੇ ਠੀਕ ਐ ਠੰਡ ਤੋਂ ਗਰਮੀ ਤੋਂ ਜਾਂ ਦੁਨਿਆਵੀ ਤੌਰ ਤੇ ਰਹਿਣ ਦੇ ਲਈ ਸਮਾਜ ਵਿੱਚ ਕਪੜੇ ਚਾਹੀਦੇ ਨੇ ਪਰ ਕਪੜਿਆਂ ਨੇ ਇੱਜ਼ਤ ਨਹੀਂ ਬਣਾਉਣੀ ਇੱਜ਼ਤ ਤਾਂ ਬਣਾਉਣੀ ਮਨੁੱਖ ਦੇ ਕਿਰਦਾਰ ਨੇ ਗੁਰਬਾਣੀ ਨੇ ਕਪੜਿਆਂ ਨਾਲ ਨਹੀਂ ਸਾਨੂੰ ਜੋੜਿਆ ਨਾਮ ਹੀ ਸਾਡਾ ਕਪੜਾ ਹੈ ਭਗਤ ਜੀ ਕਹਿੰਦੇ ਨੇ ਕੋਈ ਨਾ ਰਹਿ ਰਾਜਾ ਰਾਣਾ ਨੰਗੇ ਆਏ ਹਾਂ ਨੰਗਿਆਂ ਜਾਣੇ ਐਸ ਧਰਤੀ ਤੇ ਕੋਈ ਸਦਾ ਬੈਠਾ ਨਹੀਂ ਰਹਿਣਾ ਪਾਵੇਂ ਕੋ ਰਾਜਾ ਹੈ ਤੇ ਪਾਵੇਂ ਰਾਣਾ ਹੈ ਪਾਵੇਂ ਗਰੀਬ ਹੈ ਤੇ ਪਾਵੇਂ ਅਮੀਰ ਹੈ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਬਹਰੀਏ ਰਾਣਾ ਰਾਉ ਨਾ ਕੋ ਰਹਿ ਰਾਂਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਮੰਦੇ ਤੀਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ RAM ਗਇਓ RAMਣ ਗਇਓ ਜਾਂ ਕੋ ਬਹੁ ਪਰਵਾਰ ਸਭ ਚਲੇ ਗਏ ਇਸ ਧਰਤੀ ਤੋਂ ਬਾਬਾ ਨਾਮਦੇਵ ਜੀ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਕਹਿਣ ਲੱਗੇ ਮੇਰੀ ਮੇਰੀ ਕਹਿਰੋਂ ਕਰਤੇ ਦਰਯੋਦਨ ਸੇਪਾਈ 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ ਕਹਣ ਲੱਗੇ ਕੈਰਵ ਜਿਨ੍ਹਾਂ ਦੇ ਭਰਾ ਦਰਯੋਦਨ ਕਿੰਨੇ ਮਰਨਾ ਨਹੀਂ ਕਿਸੇ ਕੋਲੋਂ ਮੇਰੀ ਮੇਰੀ ਕਰਦੇ ਸਨ 12 ਜੋਜਨਾ ਤੱਕ ਉਹਨਾਂ ਦੇ ਸਿਰ ਤੇ ਛਤਰ ਝੁਲਦਾ ਸੀ ਆਖਰ ਉਹਨਾਂ ਦੇ ਸਰੀਰ ਧਰਤੀ ਤੇ ਰੁਲੇ ਗਿਲਜਾਂ ਖਿੱਚੀ ਫਿਰਦੀਆਂ ਸਨ ਮਰਦੇ ਸਰੀਰਾਂ ਨੂੰ ਇਹੋ ਜੀ ਭਿਆਨਕ ਜੰਗ ਹੋਈ ਤੇ ਭਗਤ ਜੀ ਕਹਿੰਦੇ ਆ ਇੱਥੇ ਤੇ ਕਿਸੇ ਨਹੀਂ ਬੈਠੇ ਰਹਿਣਾ ਬਾਦਸ਼ਾਹ ਸਾਹਿਬ ਵਪਾਰੀ ਮਰਣਾ ਜੋ ਦੀਸੀ ਜੋ ਕਾਲੇ ਖਰਨਾ ਕੂੜੇ ਮੋਹ ਲਪਟ ਲਪਟਣਾ ਛੋੜ ਚੱਲਿਆ ਤਾਂ ਫਿਰ ਪਛਤਣਾ ਜਦੋਂ ਕੋਈ ਪ੍ਰਾਣੀ ਇਸ ਧਰਤੀ ਤੋਂ ਜਾਣ ਲੱਗਦਾ ਹੈ ਮੌਤ ਡਰਾਉਣੀ ਨਹੀਂ ਹੈ ਜਿਹਨੂੰ ਮੌਤ ਕਿਹਾ ਦਰਸ ਲੋ ਉਹ ਮੌਤ ਨਹੀਂ ਸਰੀਰ ਤਿਆਗਣ ਨੂੰ ਅਸੀਂ ਮੌਤ ਕਿ ਨਹੀਂ ਮੌਤ ਨਹੀਂ ਹੈ ਦਰਸ ਸਰੀਰ ਤਿਆਗਣਾਂ ਤਾਂ ਇੱਕ ਵਾਹਿਗੁਰੂ ਜੀ ਦੇ ਹੁਕਮ ਅnder ਤਬਦੀਲੀ ਉਦਾਂ ਹੀ ਹੈ ਜਿਵੇਂ ਇੱਕ ਘਰ ਛੱਡ ਕੇ ਇਸ ਦੂਜੇ ਘਰ ਚਲੇ ਜਾਂਦੇ ਨੇ ਉਦਾਂ ਹੀ ਹੈ ਜਿਵੇਂ ਕੱਪੜੇ ਪੁਰਾਣੇ ਹੋ ਗਏ ਆਪਾਂ ਬਦਲ ਲੈਨੇ ਕੱਪੜੇ ਬਦਲਣ ਦੇ ਵਿੱਚ ਕੋਈ ਦੁੱਖ ਹੈ ਸਾਨੂੰ ਆਪਾਂ ਤਾਂ ਕਿਹਨੇ ਬਦਲ ਲੋ ਪੁਰਾਣੇ ਹੋ ਗਏ ਨੇ ਮੈਲੇ ਹੋ ਗਏ ਨੇ ਪੁਰਾਣੇ ਹੋ ਗਏ ਨੇ ਪਾਈ ਰੱਖਾਂਗੇ ਤੇ ਬਿਮਾਰੀ ਦਾ ਕਾਰ ਬਣ ਜਾਏਗਾ ਬਦਲ ਦੋ ਇਹਨਾਂ ਨੂੰ ਸਰੀਰ ਤਾਂ ਇੱਕ ਕੱਪੜਾ ਹੈ ਜੇ ਨਹੀਂ ਬਦਲੋਗੇ ਇਹ ਰੋਗਾਂ ਦਾ ਕਾਰ ਬਣ ਜਾਏਗਾ ਇਹ ਦੁੱਖਾਂ ਦਾ ਕਾਰ ਬਣ ਜਾਏਗਾ ਇਸ ਕਰਕੇ ਇਹ ਵਾਹਿਗੁਰੂ ਜੀ ਦੇ ਹੁਕਮ 'ਚ ਬਦਲਣਾ ਇਹ ਦੁੱਖ ਨਹੀਂ ਕਿਉਂਕਿ ਇਹਦਾ ਗਿਆਨ ਨਹੀਂ ਮਨੁੱਖ ਨੂੰ ਦਿੱਤਾ ਗਿਆ ਮਨੁੱਖ ਨੂੰ ਤੇ ਇਸੇ ਸਰੀਰ ਨੂੰ ਤਿਆਗਣਾ ਮੌਤ ਦੇ ਨਾਂ ਤੇ ਬੜਾ ਡਰਾਇਆ ਗਿਆ ਔਰ ਸਭ ਤੋਂ ਵੱਡੀ ਸਜ਼ਾ ਪਤਾ ਕੀ ਕਿਹਣੀ ਗਈ ਮਾਰ ਦਿਓ ਦਾ ਸਰੀਰ ਖਤਮ ਕਰ ਦਿਓ ਇਹੀ ਵੱਡੀ ਸਜ਼ਾ ਮਨੁੱਖਾ ਸਮਾਜ ਅੰਦਰ ਬਣਾਏਗੀ ਕਿ ਇਹਦੇ ਸਰੀਰ ਨੂੰ ਖਤਮ ਕਰ ਦਿਓ ਤੁਸੀਂ ਲੇਕਿਨ ਇਹ ਸਰੀਰ ਦਾ ਮਰਨਾ ਮੌਤ ਨਹੀਂ ਹੈ ਜਮੀਰ ਦਾ ਮਰਨਾ ਮੌਤ ਸੀ ਅੰਦਰੋਂ ਇਨਸਾਨੀਅਤ ਦਾ ਮਰ ਜਾਣਾ ਮੌਤ ਸੀ ਉਹ ਮਨੁੱਖ ਨੂੰ ਸਮਝਾਇਆ ਨਾ ਗਿਆ ਉਹ ਤੇ ਮਨੁੱਖ ਜਿਉਂਦਾ ਹੀ ਮਰਿਆ ਫਿਰਦਾ ਅਸੀਂ ਕਹਿੰਦੇ ਜੀ ਮਰਨ ਤੋਂ ਬਾਅਦ ਬੰਦਾ ਫਟਕਦਾ ਹੈ ਮਰਨ ਤੋਂ ਬਾਅਦ ਬੰਦਾ ਫਟਕਦਾ ਹੈ ਤੇ ਜਿਉਂਦੇ ਜਿਹੜੇ ਫਟਕ ਰਹੇ ਨੇ ਉਹ ਕੋਈ ਜਿਉਂਦੇ ਨੇ ਬੰਦੇ ਤੇ ਜਿਉਂਦੇ ਹੀ ਫਟਕ ਰਹੇ ਨੇ ਜਿਹੜੇ ਜਿਉਂਦੇ ਜੀ ਫਟਕ ਰਹੇ ਨੇ ਉਹ ਕਿੰਨੀਆਂ ਗਿਣਤੀ ਚ ਗਿਣਾ ਗਿਆ ਆਪਾਂ ਤੇ ਜਿਉਂਦੇ ਫਟਕ ਰਹੇ ਨੇ ਮਰਨ ਤੋਂ ਬਾਅਦ ਕੀ ਹੁੰਦਾ ਹੈ ਬੰਦੇ ਦਾ ਇਹ ਤੇ ਪਰਮਾਤਮਾ ਜਾਣਦਾ ਪਰ ਜਿਉਂਦੇ ਤੁਸੀਂ ਬਹੁਤ ਸਾਰੇ ਮੁਰਦੇ ਤੁਰੇ ਫਿਰਦੇ ਦੇਖੋਗੇ ਜਿਨ੍ਹਾਂ ਦੇ ਅੰਦਰ ਸੱਚ ਕਿਣ ਦੀ ਜ਼ਰੂਰਤ ਹੀ ਨਹੀਂ ਜਿਹੜੇ ਕੇਵਲ ਕੂੜ ਦੇ ਵਪਾਰੀ ਨੇ ਜਿਨ੍ਹਾਂ ਨੇ ਲੋਕਾਂ ਦਾ ਖੂਨ ਪੀਣਾ ਹੀ ਸ਼ੁਰੂ ਕਰ ਲਿਆ ਜਿਨ੍ਹਾਂ 'ਚ ਇਨਸਾਨੀਅਤ ਹੈ ਹੀ ਨਹੀਂ ਹੈ ਭਗਤ ਜੀ ਕਹਿੰਦੇ ਉਹ ਕਿਸੇ ਨਹੀਂ ਬੈਠੇ ਰਹਿਣਾ ਭਾਵੇਂ ਰਾਜਾ ਹੈ ਭਾਵੇਂ ਰਾਣਾ ਹੈ ਕਿਸੇ ਨਹੀਂ ਨਹੀਂ ਰਹਿਣਾ ਇਸ ਕਰ ਇੱਕ ਗੱਲ ਚੇਤੇ ਰੱਖੋ ਰਾਜਾ RAM RAM ਰਾਜਾ ਨੌ ਨਿਦ ਮੇਰੈ ਸੰਪੈ ਹੇਤ ਕਲਤ ਧਨ ਤੇਰੈ ਭਈ ਮੇਰੇ ਲਈ ਵਾਹਿਗੁਰੂ ਦਾ ਨਾਮ ਹੀ ਨੌ ਨਿਦਾਂ ਦਾ ਘਰ ਹੈ ਤੇ ਬੰਦਿਆ ਤੇਰੇ ਲਈ ਹੋ ਸਕਦਾ ਹੈ ਧਨ ਦੌਲਤ ਦਾ ਤੈਨੂੰ ਕੋਈ ਆਸਰਾ ਹੋਏ ਤੂੰ ਆਪਣੇ ਧੀਆਂ ਪੁੱਤਰਾਂ ਨੂੰ ਇਸਤਰੀ ਨੂੰ ਕੋ ਆਪਣਾ ਆਸਰਾ ਬਣਾਇਆ ਹੋਇਆ ਰਹਾਓ ਆਵਤ ਸੰਗ ਨਾ ਜਾਤ ਸੰਗਾਤੀ ਭਗਤ ਜੀ ਕਹਿੰਦੇ ਜਦੋਂ ਆਏ ਸਾਂ ਨਾ ਤੇ ਸਰੀਰ ਲੈ ਕੇ ਆਏ ਸਾਂ ਆਪਾਂ ਸਰੀਰ ਲੈ ਕੇ ਆਏ ਸਾਂ ਆਪਾਂ ਸਾਰੇ ਨਾ ਜਾਤ ਸੰਗਾਤੀ ਅਜੇ ਤੱਕ ਸਰੀਰ ਕਿਸੇ ਦਾ ਨਾਲ ਗਿਆ ਨਹੀਂ ਕਿਸੇ ਦਾ ਨਾਲ ਨਹੀਂ ਜਾਂਦਾ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਪਤਾ ਕੀ ਕਿ ਇਹਨੇ ਫਲਾਣਾ ਸਰੀਰ ਛੱਡ ਗਿਆ ਚਲੋ ਬਾਹਰ ਕੱਢ ਆਈਏ ਉਹਨੂੰ ਸਰੀਰ ਛੱਡ ਜਾਂਦਾ ਬੰਦਾ ساری ਜ਼ਿੰਦਗੀ ਪੈਸੇ ਇਕੱਠੇ ਕਰਦਾ ਰਹਿੰਦਾ ਧਨ ਦੌਲਤ ਇਕੱਠਾ ਰ ਕਰਦਾ ਰਹਿੰਦਾ ਜਾਣ ਲੱਗਿਆਂ ਸਰੀਰ ਵੀ ਲੈ ਜਾਣਾ ਭੁੱਲ ਜਾਂਦਾ ਆਪਣਾ ਪੈਸੇ ਲੈ ਜਾਣੀ ਤਾਂ ਵੱਖਰੀ ਗੱਲ ਹੈ ਜਾਣ ਲੱਗਿਆਂ ਆਪਣਾ ਸਰੀਰ ਵੀ ਇੱਥੇ ਹੀ ਭੁੱਲ ਜਾਂਦਾ ਹੈ ਤੇ ਫਿਰ ਲੋਕੀ ਕਹਿੰਦੇ ਚਲੋ ਛੱਡ ਗਿਆ ਉਹਨੂੰ ਬਾਹਰ ਕੱਢੀਏ ਸਰੀਰ ਹੀ ਭੁੱਲ ਗਿਆ ਆਪਣਾ ਸਰੀਰ ਨੂੰ ਬਾਹਰ ਕੱਢੀਏ ਚਾਰ ਦਿਨ ਚੁੱਕ ਕੇ ਅੱਜ ਕਰਤੇ ਚਾਰ ਵੀ ਨਹੀਂ ਚੁੱਕਦੇ ਗੱਡੀਆਂ ਆ ਗਈਆਂ ਗੱਡੀ ਤੇ ਰੱਖੋ ਤੇ ਛੱਡੋ ਹੁਣ ਤੇ ਉਹ ਜਿਹਾ ਮੋਰ ਬਣ ਗਿਆ ਕਹਿੰਦੇ ਘਰ ਦੇ ਵੀ ਨਹੀਂ ਨੇੜੇ ਜਾਣਗੇ ਇਹ ਵੀ ਹਾਲਾਤ ਦੇਖਣੇ ਪੈ ਰਹੇ ਨੇ ਘਰ ਦੇ ਨੇੜੇ ਨਹੀਂ ਜਾਣਗੇ ਸਰੀਰ ਦੇ ਜਿਸ ਸਰੀਰ ਤੇ ਬੜਾ ਮਾਣ ਸੀ ਜਿਸ ਦਾ ਘਰ ਦੀਆਂ ਤੇ ਬੜਾ ਮਾਣ ਸੀ ਉਹ ਨੇੜੇ ਨਹੀਂ ਜਾਣਗੇ ਦੇਖਣਗੇ ਵੀ ਨਹੀਂ ਇਹਨੂੰ ਕਿਸ ਸਰੀਰ ਦਾ ਮਾਣ ਸੀ ਕਰਦੇ ਆ ਜਾਣ ਲੱਗਿਆਂ ਕੋਈ ਅਜੇ ਤੱਕ ਸਰੀਰ ਨਾਲ ਲੈ ਕੇ ਗਿਆ ਨਾ ਲੈ ਕੇ ਜਾਏਗਾ ਇਹ ਬੜੀਆਂ ਕਲਪਤ ਕਹਾਣੀਆਂ ਆ ਤਰਮ ਦੀ ਦੁਨੀਆ ਚ ਬਣਾ ਕੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਫੁਲਾਣਾ ਸਰੀਰ ਸਮੇਤ ਹੀ ਚਲਿਆ ਗਿਆ ਇਹ ਕਲਪਤਖਾਨੀਆਂ ਨੇ ਇਹ ਗੈਰ ਕੁਦਰਤੀ ਗੱਲਾਂ ਨੇ ਸਰੀਰ ਕੀ ਹੈ ਪੰਜਾਂ ਤੱਤਾਂ ਦੇ ਸਮੇਲ ਤੋਂ ਸਰੀਰ ਬਣਿਆ ਹੈ ਮਿੱਟੀ ਤੋਂ ਹਵਾ ਤੋਂ ਅੱਗ ਤੋਂ ਪਾਣੀ ਤੋਂ ਆਕਾਸ਼ ਤੋਂ ਤੇ ਗੁਰਬਾਣੀ ਦਾ ਇਹ ਬਚਨ ਇਹ ਹੈ ਪਮਨੇ ਮੇ ਪਵਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਇੱਕ ਰੋਮਨ ਹਾਰੇ ਕੀ ਕਮਿਊਨਿਟੀ ਮਿੱਟੀ ਮਿੱਟੀ ਚ ਸਮਾ ਜਾਂਦੀ ਐ ਪਾਣੀ ਪਾਣੀ ਚ ਸਮਾ ਜਾਂਦਾ ਐ ਠੀਕ ਐ ਅਸੀਂ ਸਾੜ ਦਿੰਦੇ ਜਾਂ ਕੋਈ ਦਬ ਦਿੰਦਾ ਐ ਕਰੋੜ ਦਿੰਦਾ ਐ ਨਹੀਂ ਰੋੜੋਗੇ ਉੱਥੇ ਪਿਆ ਆਖਰ 2 4 10 15 ਦਿਨ ਬਾਅਦ ਕਾਂ ਕੁੱਤੇ ਖਾ ਜਾਣੇ ਨੇ ਗਲ ਗੁਲ ਕੇ ਆਪੇ ਖਤਮ ਹੋ ਜਾਣੇ ਇਸ ਕਰਕੇ ਅਸੀਂ ਸਵਾਰਦੇਕ ਬਿਮਾਰੀਆਂ ਨਾ ਪੈਣ ਉਹਨੂੰ ਫਿਰ ਜਾਂ ਸਾੜ ਦਿੱਤਾ ਜਾਂਦਾ ਐ ਜਾਂ ਉਹਨੂੰ ਰੋੜ ਦਿੱਤਾ ਜਾਂਦਾ ਐ ਜਾਂ ਉਹਨੂੰ ਦਫਨਾ ਦਿੱਤਾ ਜਾਂਦਾ ਐ ਹੋਰ ਕੋਈ ਕਾਰਨ ਨਹੀਂ ਇਹ ਦੇ ਮਗਰਕੇ ਦੇ ਨਾ ਬੰਦਾ ਕੋ ਸਿੱਧਾ ਹੀ ਸਵਰਗ ਚਲੇ ਜਾਏਗਾ ਸਾੜਿਆਂ ਜਾਂਦ ਪਨਾਇਆ ਉਹ ਸਰੀਰ ਨੂੰ ਸੰਭਾਲਣ ਦਾ ਇੱਕ ਤਰੀਕਾ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਅੱਜ ਤੱਕ ਸਰੀਰ ਨਾ ਕੋਈ ਨਾਲ ਲੈ ਕੇ ਗਿਆ ਨਾ ਲੈ ਕੇ ਜਾਣਾ ਲੈ ਕੇ ਆਏ ਜ਼ਰੂਰ ਸਨ ਪਰ ਇਸ ਧਰਤੀ ਤੇ ਸੀ ਇੰਨੇ ਰੱਬ ਨਾਲੋਂ ਟੁੱਟ ਗਏ ਸੀ ਸੋਚਿਆ ਸਭ ਕੋ ਸਾਡਾ ਹੈ ਕਹਿਣ ਲੱਗੇ ਉਹ ਭਲਿਆ ਤੂੰ ਤੇ ਸਰੀਰ ਲੈ ਕੇ ਆਇਆ ਸੀ ਸਰੀਰ ਨਾਲ ਲੈ ਕੇ ਜਾਂਦਾ ਹੀ ਨਹੀਂ ਕਹਾ ਪਇਓ ਦਰਬੰਦ ਦੇ ਹੱਥੀ ਤੇ ਕੀ ਹੋ ਗਿਆ ਜੇ ਤੂੰ ਆਪਣੇ ਘਰ ਦੇ ਬਾਹਰ ਹਾਥੀ ਬੰਨ ਲੈ ਵੱਡੇ ਵੱਡੇ ਅੱਜ ਕੱਲ ਕਹਿ ਸਕਦੇ ਜੇ ਤੂੰ ਵੱਡੀਆਂ ਵੱਡੀਆਂ ਗੱਡੀਆਂ ਰੱਖ ਲਈਆਂ ਤੇ ਕੀ ਹੋ ਗਿਆ ਮਹਿੰਗੀਆਂ ਮਹਿੰਗੀਆਂ ਘੋੜੇ ਰੱਖ ਲੈ ਕੀ ਹੋਏ ਹਾਥੀ ਰੱਖ ਲੈ ਕੀ ਹੋ ਗਿਆ ਇਹ ਸਭ ਕੁਝ ਕਰਨਾ ਕਿਉਂ ਹੋ ਗਿਆ ਸਾਬ ਜੀ ਕਹਿੰਦੇ ਨੇ ਵੱਡੇ ਵੱਡੇ ਕਿਲਿਆਂ ਦੇ ਮਾਲਕ ਵੱਡੇ ਵੱਡੇ ਤਨ ਦੌਲਤ ਦੇ ਮਾਲਕ ਜਿਹੜੇ ਸ ਉਹ ਵੀ ਸਭ ਕੁਝ ਇੱਥੇ ਛੱਡ ਕੇ ਚਲੇ ਗਏ ਲੰਕਾ ਗੜ ਸੋਨੇ ਦਾ ਭਇਆ ਗੜ ਮੈਣਾ ਕਿਲਾ ਰਾਵਣ ਬੜਾ ਪ੍ਰਤਾਪੀ ਰਾਜਾ ਹੋਇਆ ਬੜਾ ਵਿਦਵਾਨ ਸੀ ਰਾਵਣ ਇੰਨਾ ਪ੍ਰਤਾਪੀ ਰਾਜਾ ਸੀ ਤੁਸੀਂ ਸਮਝੋ ਕਿ ਉਹ ਕਿੰਨਾ ਕੁ ਪ੍ਰਤਾਪੀ ਹੋਏਗਾ ਜਿਹਦਾ ਸੋਨੇ ਦਾ ਕਿਲਾ ਗਿਣਿਆ ਜਾਂਦਾ ਹੈ ਸੋਨੇ ਦਾ ਕਿਲਾ ਜਿਹਦੀ ਲੰਕਾ ਕਹਿੰਦੇ ਸੋਨੇ ਦੀ ਸੀ ਉਹ ਕਿੰਨਾ ਕੁ ਪ੍ਰਤਾਪੀ ਰਾਜਾ ਹੋਏਗਾ ਉਹ ਕਿੰਨਾ ਕੁ ਵੱਡਾ ਪਾਵਰਫੁਲ ਹੋਏਗਾ ਜਿਹਦੀ ਲੰਕਾ ਹੀ ਸੋਨੇ ਦੀ ਸੀ ਉਹ ਕਿੰਨਾ ਮਹਾਨ ਹੋ ਸਕਦਾ ਹੈ ਬੜਾ ਸਿਆਣਾ ਸੀ ਉਹ ਬੜਾ ਵੱਡਾ ਪੰਡਤ ਸੀ ਬੜਾ ਵੱਡਾ ਵਿਦਵਾਨ ਸੀ ਪਰ ਜੋ ਗੱਲ ਪ੍ਰਚਾਰੀ ਗਈ ਕਿ ਉਹ ਸੀਤਾ ਜੀ ਨੂੰ ਹਰਣ ਕਰਕੇ ਲੈ ਗਿਆ ਪਰ ਉਹ ਬੜਾ ਜਤੀ ਸਤੀ ਸੀ ਉਹਨੇ ਸੀਤਾ ਜੀ ਦਾ ਜਤ ਨਹੀਂ ਭੰਗ ਕੀਤਾ ਉਹਦੀ ਬੇਦਵੀ ਨਹੀਂ ਕੀਤੀ ਉਹਦਾ ਤ੍ਰਸਕਾਰ ਨਹੀਂ ਕੀਤਾ ਉਹਦੇ ਸਤਕਾਰ ਨੂੰ ਕਾਇਮ ਰੱਖਿਆ ਇਉਂਦੀ ਖੂਬੀ ਹੈ ਰਾਮਨ ਕੋ ਮਾਮੂਲੀ ਵਿਅਕਤੀ ਨਹੀਂ ਸੀ ਸਾਡੇ ਮੁਲਖ ਦਾ ਇੱਕ ਵਿਧਾਨ ਹੈ ਇਥੇ ਗੁਣਵਾਨਾਂ ਦੀ ਬੇਕਦਰਹੀ ਕੀਤੀ ਜਾਂਦੀ ਹੈ ਮੂਰਖਾਂ ਦੀ ਪੂਜਾ ਕੀਤੀ ਜਾਂਦੀ ਹੈ ਇਹ ਸਾਡੇ ਮੁਲਖ ਦਾ ਵਿਧਾਨ ਹੈ ਤੁਸੀਂ ਦੇਖੋ ਨਾ ਮੁਲਖ ਦਾ ਵਿਧਾਨ ਕੀ ਹੈ ਸਾਡੇ ਦਾ ਬਹੁਤ ਮਿਹਨਤ ਕਰਦੇ ਨੇ ਸਾਡੇ ਬੱਚੇ ਪੀ ਐਚ ਡੀ ਤੱਕ ਦੀਆਂ ਡਿਗਰੀਆਂ ਬੱਚਿਆਂ ਦੇ ਕੋਲ ਨੇ ਨੌਕਰੀਆਂ ਲੱਭਦੀਆਂ ਨਹੀਂ ਹੈ 10 10000 ਦੀ ਨੌਕਰੀ ਉਹ ਕਰ ਰਹੇ ਨੇ ਬੜੀ ਮਿਹਨਤ ਕਰਕੇ ਕੋ ਡਾਕਟਰ ਬਣਦਾ ਹੈ ਬਹੁਤ ਜ਼ਿਆਦਾ ਮਿਹਨਤ ਕਰਕੇ ਕੋ ਇੰਜੀਨੀਅਰ ਬਣਦਾ ਹੈ ਬੜੀ ਵੱਡੀ ਮਿਹਨਤ ਕਰਕੇ ਜਿਹੜਾ ਥੋੜੀ ਘੱਟ ਮਿਹਨਤ ਕਰੇ ਨਾ ਉਹ ਫਿਰ ਕੀ ਬਣਦਾ ਹੈ ਵਕੀਲ ਬਣ ਜਾਂਦਾ ਹੈ ਜਾਂ ਆਈਏਐਸ ਅਫਸਰ ਬਣ ਜਾਂਦਾ ਹੈ ਉਹ ਜਿਹੜਾ ਆਈਏਐਸ ਅਫਸਰ ਬਣਿਆ ਨਾ ਉਹ ਡਾਕਟਰਾਂ ਨੂੰ ਧੂਈ ਫਿਰਦਾ ਹੈ ਡਾਕਟਰਾਂ ਤੇ ਕੇਸ ਕਰੀ ਫਿਰਦਾ ਹੈ ਅਫਸਰ ਜੋ ਹੈ ਉਹਦੋਂ ਘੱਟ ਬੜੇ ਵਕੀਲ ਬਣ ਜਾਂਦੇ ਨੇ ਵਕੀਲ ਉਹਨਾਂ ਨੂੰ ਅਫਸਰਾਂ ਨੂੰ ਵੀ ਭੁਜਾਈ ਫਿਰਦੇ ਨੇ ਉਦੋਂ ਘੱਟ ਪੜੇ ਜਿਹੜੇ ਨੇ ਪੋਲਿਟੀਸ਼ਨ ਬਣ ਜਾਂਦੇ ਨੇ ਪੋਲਿਟੀਸ਼ਨ ਸਭ ਤੋਂ ਘੱਟ ਪੜਿਆ ਉਹ ਫਿਰ ਡਾਕਟਰਾਂ ਨੂੰ ਵੀ ਦਵੱਲੀ ਫਿਰਦੇ ਨੇ ਇੰਜੀਨੀਅਰਾਂ ਨੂੰ ਵੀ ਦਵੱਲੀ ਫਿਰਦੇ ਨੇ ਵਕੀਲਾਂ ਨੂੰ ਵੀ ਦਵੱਲੀ ਫਿਰਦੇ ਨੇ ਉਹ ਸਾਰੇ ਨੂੰ ਦਵੱਲੀ ਫਿਰਦੇ ਨੇ ਜਿਹੜਾ ਮੇਰਾ ਵਰਗਾ ਕਿਸੇ ਜੋਗਾ ਨਹੀਂ ਉਹ ਸਾਥ ਬਣ ਜਾਂਦੇ ਉਹਨੂੰ ਸਾਰੇ ਮੱਥੇ ਟੇਕਦੇ ਆ ਕੇ ਡਾਕਟਰ ਵੀ ਪੋਲਿਟੀਸ਼ਨ ਵੀ ਇਹ ਸਾਡੇ ਮੁਲਕ ਦਾ ਵਿਦਾਨ ਹੈ ਜਿਹੜਾ ਕੁਝ ਨਹੀਂ ਜਾਣਦਾ ਉਹਦੇ ਦਵਾਲੇ ਢੀੜਾਂ ਲੱਗ ਜਾਂਦੀਆਂ ਨੇ ਮੂਰਖਾਂ ਦੀ ਪੂਜਾ ਹੁੰਦੀ ਏ ਵਿਦਵਾਨਾਂ ਦੀ ਬੇਕਦਰਹੀ ਹੁੰਦੀ ਤੇ ਵਿਦਵਾਨਾਂ ਨੂੰ ਪੱਥਰ ਮਾਰੇ ਗਏ ਸਨ ਧਰਤੀ ਦੇ ਉੱਪਰ 라ਵਣ ਦੀ ਵਡਿਆਈ ਕਰਦੇ ਆਂ 바ਬਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਗਿਆ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ 60 ਇਹ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਤੁਹਾਡੇ ਨਾਲ ਸਾਂਝੇ ਕਰ ਰਿਹਾ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ 60 라ਵਣ ਹੋਤੇ ਸੁਰੰਕ ਨੇ ਜਿਨ ਸਿਰ ਦੀਨੇ ਕਾਟ ਰਾਵਣ ਕੋ ਕੰਗਾਲ ਨਹੀਂ ਸੀ ਉਹਦਾ ਸੋਨੇ ਦੀ ਲੰਕਾ ਸੀ 라ਵਣ ਬੜਾ ਅਮੀਰ ਸੀ ਵਿਦਵਾਨ ਸੀ ਉਹਨੇ ਆਪਣੇ ਇਸ਼ਟ ਨੂੰ ਖੁਸ਼ ਕਰਨ ਦੇ ਲਈ ਕਈ ਵਾਰੀ ਆਪਣਾ ਸਿਰ ਵੱਡ-ਵੱਡ ਕੇ ਭੇਟ ਕੀਤਾ ਪਿਆਰ ਰੁਪਈਆਂ ਨਾਲ ਨਹੀਂ ਖਰੀਦਿਆ ਜਾ ਸਕਦਾ ਪਿਆਰ ਬਦਲੇ ਸਿਰ ਦੇਣਾ ਪੈਂਦਾ ਪਰ ਉਸ 라ਵਣ ਦੇ ਪ੍ਰਥਾਈ ਗਥਾਾਂਵਾਂ ਬਣ ਗਈਆਂ ਕਿ 라ਵਣ ਜਿਹੜਾ ਸੀ ਉਹਨੇ ਗਲਤੀ ਤਾਂ ਕੀਤੀ ਨਾ ਕਿਸੇ ਦੀ ਧੀ ਭੈਣ ਨੂੰ ਚੁੱਕ ਲੈਣਾ ਇਕ ਗਲਤੀ ਤੇ ਹੈਗੀ ਨਾ ਇਹ ਮੂਰਖਤਾ ਹੈ ਨਾ ਇਹ ਏਡੇ ਵੱਡੇ ਵਿਦਵਾਨ ਦੀ ਵਿਦਵਾਨ ਹੁੰਦਾ ਸਿਆਣਾ ਹੁੰਦਾ ਇਹਨਾਂ ਪ੍ਰਤਾਪੀ ਰਾਜਾ ਕਿਸੇ ਇਸਤਰੀ ਨੂੰ ਚੁੱਕ ਕੇ ਲੈ ਜਾਣਾ ਭਾਵੇਂ ਉਹਨੇ ਬੇਕਦਰੀ ਨਹੀਂ ਕੀਤੀ ਹਾਲਾਂਕਿ ਹੋਰ ਬੇਕਦਰੀ ਦੀਆਂ ਉਦਾਹਰਣਾਂ ਬੜੀਆਂ ਨੇ ਦਰਯੋਧਨ ਦੀ ਸਭਾ ਚ ਦ੍ਰੋਪਤੀ ਨੂੰ ਨਗਨ ਕਰਨ ਦਾ ਹੁਕਮ ਦੇ ਦਿੱਤਾ ਗਿਆ ਅੱਜ ਤੱਕ ਦਰਯੋਧਨ ਦੇ ਤੇ ਪੁੱਤਲੇ ਕਿਤੇ ਨਹੀਂ ਸਾੜੇ ਗਏ ਕਿਤੇ ਸਾੜੇ ਗਏ ਨੇ ਸੀਤਾ ਨੂੰ ਘਰੋਂ ਕੱਢ ਦਿੱਤਾ ਗਿਆ ਉਹਦੇ ਉਧਰ ਵਿੱਚ ਬੱਚਾ ਹੈ ਘਰੋਂ ਕਦਰਾਂ ਵਾਲਿਆਂ ਨੂੰ ਵੀ ਕਹਿੰਦੇ ਨਹੀਂ ਪੁੱਛਿਆ ਘਰੋਂ ਕੱਢ ਦਿੱਤਾ ਗਿਆ ਰਾਵਣ ਨੇ ਤੇ ਕੋਈ ਬੇਕਦਰੀ ਨਹੀਂ ਕੀਤੀ ਪਰ ਉਹਦੀ ਇਹ ਮੂਰਖਤਾ ਸੀ ਕਿ ਉਹਨੇ ਹੰਕਾਰ ਚ ਆ ਕੇ ਕਿਸੇ ਦੀ ਧੀ ਭੈਣ ਦਾ ਅ अपहरण ਕੀਤਾ ਇਹ ਗੱਲ ਗੁਰਬਾਣੀ ਕਿਤੇ ਇਜਾਜ਼ਤ ਨਹੀਂ ਦਿੰਦੀ ਇਸ ਕਰਕੇ ਸਤਗੁਰੂ ਜੀ ਨੇ ਮੂਰਖ ਕਿਹਾ ਉਸ ਨੂੰ ਗੁਰੂ ਦਾ ਇਤਿਹਾਸ ਪੜੋ ਸਤਗੁਰੂ ਜੀ ਕਿਸ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਨੇ ਆਨੰਦਪੁਰ ਸਾਹਿਬ ਦੀ ਜੰਗ ਹੋ ਰਹੀ ਹੈ ਸਿੰਘਾਂ ਦੇ ਕਾਬੂ ਇੱਕ ਮੁਗਲ ਹਾਕਮ ਦੀ ਬੇਗਮ ਦਾ ਡੋਲਾ ਆ ਗਿਆ। ਸਿੰਘਾਂ ਨੇ ਚੁੱਕਿਆ ਸਤਗੁਰੂ ਜੀ ਕੋਲ ਲੈ ਆਂਦਾ। ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਣ ਲਿਖੋ ਕੀ ਹੈ? ਕਹਿੰਦੇ ਜੇ ਇੱਕ ਮੁਗਲ ਹਾਕਮ ਦੀ ਬੇਗਮ ਦਾ ਡੋਲਾ ਸਾਡੇ ਕਾਬੂ ਆ ਗਿਆ। ਤੇ ਸਤਗੁਰੂ ਜੀ ਕਹਿੰਦੇ ਇਹਨੂੰ ਇਹਦੇ ਘਰ ਕਿਉਂ ਨਹੀਂ ਛੱਡ ਕੇ ਆਏ ਤੁਸੀਂ? ਚਾਹੀਦਾ ਸੀ ਜਦੋਂ ਇਹ ਕਿਉਂਕਿ ਸਿਪਾਈ ਛੱਡ ਕੇ ਭੱਜ ਕੇ ਤੁਹਾਡਾ ਫਰਸ਼ੀ ਇਹਦੇ ਘਰ ਛੱਡ ਕੇ ਆਉਂਦੇ ਘਰ ਕਿਉਂ ਨਹੀਂ ਛੱਡ ਕੇ ਆਏ ਤੁਸੀਂ? ਸਿੰਘਾਂ ਨੇ ਗੱਲ ਕੀ ਮਹਾਰਾਜ ਸਾਡੀਆਂ ਬੱਚੀਆਂ ਸਾਡੀਆਂ ਧੀਆਂ ਭੈਣਾਂ ਤੇ ਬੜਾ ਜ਼ੁਲਮ ਕਰਦੇ ਨੇ ਉਹ ਬੜੀ ਬੇਪਤੀ ਕਰਦੇ ਨੇ ਕਿ ਤੁਸੀਂ ਸਾਨੂੰ ਕਿਉਂ ਇੰਨਾ ਉਪਦੇਸ਼ ਦਿੰਦੇ ਕਿ ਘਰ ਛੱਡ ਕੇ ਆਓ ਤੁਸੀਂ ਤੁਸੀਂ ਸਾਨੂੰ ਇਹ ਗੱਲ ਕਿਉਂ ਕਹਿੰਦੇ ਹੋ ਤੇ ਗੁਰੂ ਸਾਹਿਬ ਜੀ ਦੇ ਨੇਤਰ ਲਾਲ ਹੋ ਗਏ ਉਸ ਵੇਲੇ ਸਤਗੁਰੂ ਜੀ ਦੇ ਮੱਥੇ ਤੇ ਧੂੜੀਆਂ ਪੈ ਗਈਆਂ ਅੰਲਗੋਏ ਹਮ ਲੈ ਜਾਨੂ ਪੰਥ ਉਚੇਰੋ ਅਸੀਂ ਆਪਣੇ ਪੰਥ ਨੂੰ ਉੱਚੀਆਂ ਲੈ ਕੇ ਜਾਣਾ ਨਰਕਾਂ 'ਚ ਨਹੀਂ ਭੇਜਣਾ ਤੁਹਾਨੂੰ ਗੁਰਮਤਿ ਕਹੋ ਜੇ ਮਨੁੱਖ ਦੀ ਸਿਰਜਣਾ ਕਰਨਾ ਚਾਹੁੰਦੀ ਹੈ ਤੁਸੀਂ ਕਹੋਗੇ ਰਾਵਣ ਵਿਦਵਾਨ ਅਸੀਂ ਰਾਵਣ ਭਗਤੀ ਵਾਲਾ ਸੀ ਮੂਰਖ ਕਿਉਂ ਕਿਆ ਮੂਰਖ ਇਸ ਕਰਕੇ ਕਿ ਐਡਾ ਵੱਡਾ ਵਿਦਵਾਨ ਹੁੰਦਿਆਂ ਹੋਇਆਂ ਕਿਸੇ ਦੀ ਇਸਤਰੀ ਦਾ ਅਪਹਰਣ ਕਰਨਾ ਇਹ ਮੂਰਖਤਾ ਹੈ ਇਹ ਮੂਰਖਤਾ ਹੈ ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਇੱਕ ਗੱਲ ਕਹੀ ਇੱਥੇ ਪਗਜ ਵੀ ਕਹਿੰਦੇ ਨੇ ਲੰਕਾ ਗੜ ਸੋਨੇ ਕਾਪਿਆ ਰਾਵਣ ਬੜਾ ਪ੍ਰਤਾਪੀ ਰਾਜਾ ਸੀ ਸੋਨੇ ਦੀ ਲੰਕਾ ਸੀ ਉਸ ਦੀ ਪਰ ਮੂਰਖ ਰਾਵਣ ਕੀ ਲੈ ਗਿਆ ਉਹ ਰਾਵਣ ਕੀ ਲੈ ਗਿਆ ਧਰਤੀ ਤੋਂ ਉਹਦੀ ਲੰਕਾ ਇੱਥੇ ਰਹਿ ਗਈ ਉਹਦਾ ਸਭ ਕੁਝ ਧਰਿਆਤ ਰਹਿ ਇੱਥੇ ਰਹਿ ਗਿਆ ਇੱਕ ਉਦਾਹਰਣ ਹੈ ਸਰਬ ਸੁੰਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ ਕਹਾਂ ਪੈ ਉਹ ਦਰਬੰਦੇ ਹੱਥੀ ਖਿਨਵੇਂ ਪਹੀ ਪਰਾਈ ਇੱਥੇ ਸਮਝਾਈ ਇਹ ਗੱਲ ਕਿ ਬੰਦਾ ਜਿੰਨਾ ਮਰਜੀ ਪ੍ਰਤਾਪੀ ਬਣ ਜੇ ਰਾਵਣ ਜਿੱਡਾ ਪ੍ਰਤਾਪੀ ਬਣ ਜੇ ਬੰਦਾ ਜਿੰਨਾ ਮਰਜੀ ਬਾਹਰੀ ਤੌਰ ਤੇ ਸਤਨ ਦੌਲਤ ਇਕੱਠਾ ਕਰ ਲੇ ਕਿਉਂਕਿ ਧਨ ਦੌਲਤ ਇਹ ਦੁਆ ਤੱਕ ਇਕੱਠੀ ਨਾ ਹੋ ਸਕਦੀ ਕਿਸੇ ਦਾ ਕਿਲਾ ਹੀ ਸੋਨੇ ਦਾ ਹੋਵੇ ਉਹ ਕੀ ਸੀ ਉਹ ਗੱਲ ਵੱਖਰੀ ਏ ਤੇ ਖੋਜ ਦੀ ਮੁਤਾਜ ਹੈ ਪਰ ਰਾਵਣ ਬਹੁਤ ਪ੍ਰਤਾਪੀ ਰਾਜਾ ਸੀ ਇਹ ਤੇ ਗੱਲ ਮੰਨਣੀ ਪਏਗੀ ਆਪਣੀ ਇੱਕ ਮੂਰਖਤਾ ਕਰਕੇ ਔਰ ਗਲਤੀ ਕਰਕੇ ਉਹਨੂੰ ਮੂਰਖ ਲਬ ਜਿਹੜਾ ਸੁਣਨਾ ਪਿਆ ਉਸ ਵੇਲੇ ਸਤਗੁਰੂ ਸਾਹਿਬ ਜੀ ਕਿੰਨੇ ਮੂਰਖ ਰਾਵਣ ਕਿਆ ਲੈ ਗਿਆ ਉਹ ਰਾਵਣ ਕੀ ਲੈ ਗਿਆ ਇਸ ਧਰਤੀ ਤੋਂ ਉਦੀ ਲੰਕਾ ਕਹਿੰਦੇ سونے ਦੀ ਸੀ ਐਡਾ ਵੱਡਾ ਉਹਦਾ ਪ੍ਰਤਾਪ ਸੀ ਪਰ ਖਾਲੀ ਹੱਥ ਧਰਤੀ ਤੋਂ ਗਿਆ ਭਗਤ ਜੀ ਨੇ ਅਖੀਰ ਤੇ ਇੱਕ ਗੱਲ ਕਹੀ ਹੈ ਪਹਿਲਾਂ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਕੇਵਲ ਤਾਂ ਦੁਨਿਆਵੀ ਸੰਪਤੀ ਨੂੰ ਸਭ ਕੁਝ ਸਮਝਦੇ ਨੇ ਦੁਨਿਆਵੀ ਸੁੱਖ ਆਰਾਮ ਨੂੰ ਸਭ ਕੁਝ ਸਮਝਦੇ ਨੇ ਦੁਨਿਆਵੀ ਐਸੋ ਇਸਰਤ ਨੂੰ ਸਭ ਕੁਝ ਸਮਝਦੇ ਨੇ ਭਗਤ ਜੀ ਕਹਿੰਨਗੇ ਦਰਸਲ ਉਹ ਮੂਰਖ ਨੇ ਉਹ ਕੁਝ ਵੀ ਇਸ ਧਰਤੀ ਤੋਂ ਲੈ ਕੇ ਨਹੀਂ ਜਾਂਦੇ ਕਿਉਂਕਿ ਇੰਨੀ ਵਧੀਆ ਜ਼ਿੰਦਗੀ ਜਿਹੜੀ ਮਿਲੀ ਹੈ ਜ਼ਿੰਦਗੀ ਤਾਂ ਮਿਲੀ ਸੀ ਕਿ ਜ਼ਿੰਦਗੀ ਦੇ ਅੰਦਰ ਜਿਉਂ-ਜਿਉਂ ਅਸੀਂ ਸਰੀਰ ਕਰਕੇ ਵਿਕਾਸ ਕਰਦੇ ਆਂ ਤਿਉਂ ਤੇ ਸੁਰਤ ਕਰਕੇ ਵੀ ਇਸਕਾਰ ਕਰੀਏ ਤਿਉਂ ਤੇ ਆਪਾਂ ਕਿਰਦਾਰ ਕਰਕੇ ਵਿਕਾਸ ਕਰੀਏ ਗੁਣਾ ਕਰਕੇ ਉੱਚੇ ਉੱਠੀਏ ਪਰ ਮਨੁੱਖ ਉੱਚਾ ਨਾ ਉੱਡ ਸਕਿਆ ਸੋ ਉਹ ਡਿਗਣਾ ਸ਼ੁਰੂ ਹੋ ਗਿਆ ਭਗਤ ਜੀ ਕਹਿੰਨੇ ਕਿ ਕਹ ਕਬੀਰ ਕਿਛ ਗੁਣ ਵਿਚਾਰ ਉਹ ਬੰਦਿਆ ਕੁਝ ਗੁਣਾਂ ਦੀ ਗੱਲ ਕਰਿਆ ਕਰ ਪਰਮਾਤਮਾ ਦੇ ਗੁਣ ਚੇਤੇ ਕਰ ਪਰਮਾਤਮਾ ਨੇ ਜੋ ਤੇਰੇ ਤੇ ਪਰਉਪਕਾਰ ਕੀਤੇ ਉਹਨਾਂ ਨੂੰ ਚੇਤੇ ਕਰਿਆ ਕਰ ਤੇ ਪਰਮਾਤਮਾ ਦੇ ਗੁਣ ਗਾਇਨ ਕਰਿਆ ਕਰ ਤਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੇ ਗੁਣਾ ਨਾਲ ਨਹੀਂ ਜੁੜੋਗੇ ਜ਼ਿੰਦਗੀ ਬਿਰਥਾ ਚਲੀ ਜਾਏਗੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਤੀਨ ਗੌੜੀ ਦਾਗ ਵਿੱਚ ਗੁਰੂ ਕਾਇ ਅੰਮ੍ਰਿਤ ਵਚਨ ਹੈ ਸਾਧੋ ਗੋਬਿੰਦ ਕੇ ਗੁਣ ਗਾਵੋ ਸਾਧੋ ਲਬਜ ਵਰਤੇ ਸਤਗੁਰੂ ਜੀ ਨੇ ਸਾਧੋ ਇਸ ਕਰਕੇ ਸਤਗੁਰੂ ਜੀ ਬਹੁਤਾ ਹਿੰਦੂ ਤੀਰਥਾਂ ਤੇ ਫਿਰਦੇ ਰਹੇ ਆਉ ਧਰਮ ਦੇ ਨਾਂ ਤੇ ਬੜੇ ਸਾਧੂ ਸੰਤ ਖੋਣ ਵਾਲੇ ਤੀਰਥਾਂ ਤੇ ਫਿਰਦੇ ਸਨ ਜਿਹੜੇ ਚਰਚਾ ਕਰਦੇ ਸਨ ਕਿ ਇੰਨੇ ਠੀਵਾਂ ਤੇ ਅਸੀਂ ਨਹਾ ਲਿਆ ਇੰਨੇ ਜੱਗ ਕਰ ਲਏ ਨੇ ਪਾਠ ਕਰ ਲਏ ਨੇ ਆ ਕੋਤਰੀਆਂ ਕਰ ਲੀਆਂ ਇੰਨੇ ਪਾਠ ਨਹੀਂ ਪੜ੍ਹ ਲਏ ਨੇ ਗ੍ਰੰਥ ਪੜ੍ਹ ਲਏ ਤੇਖਵਾਉਂਦੇ ਸਾਧੂ ਸਨ ਉਹਨਾਂ ਨੂੰ ਸਾਧੂ ਗੁਰ ਕਹਿੰਦੇ ਸਾਧੋ ਗੋਵਿੰਦ ਕੇ ਗੁਣ ਗਾਓ ਗੋਵਿੰਦ ਦੇ ਗੁਣ ਗਾਇਆ ਕਰੋ ਪਰਮਾਤਮਾ ਦੇ ਗੁਣ ਗਾਇਆ ਕਰੋ ਆਪਣਾ ਹੰਕਾਰ ਨਾ ਦਰਸਾਇਆ ਕਰੋ ਮਾਨਸ ਜਨਮ ਅਮੋਲਕ ਪਾਇਆ ਏ ਮਨੁੱਖਾ ਜਿੰਦਗੀ ਬੜੀ ਅਮੋਲਕ ਹੈ ਬਿਰਥਕ ਆਹਿ ਗਵਾਵੋ ਪਰਮਾਤਮਾ ਦੇ ਗੁਣ ਗਾਓਗੇ ਤੁਸੀਂ ਗੁਣਾ ਵਾਲੇ ਬਣ ਜਾਓਗੇ ਗੁਣਾ ਵਾਲਿਆਂ ਕੋਲ ਬੈਠੋਗੇ ਤੁਸੀਂ ਗੁਣਾ ਵਾਲੇ ਬਣ ਜਾਓਗੇ ਗੁਣਾ ਦੀ ਤਾਰੀਫ ਕਰੋਗੇ ਤੁਸੀਂ ਗੁਣਾ ਵਾਲੇ ਬਣ ਜਾਓਗੇ ਜਿੱਥੇ ਵੀ ਗੁਣ ਦਿਖੇ ਉੱਥੇ ਗੁਣ ਨੂੰ ਐਪਰੀਸ਼ੀਏਟ ਕਰਨਾ ਇਹ ਰੱਬ ਦੀ ਤਾਰੀਫ ਹੈ ਗੁਣ ਕਿਸੇ ਵਿੱਚ ਵੀ ਹੋਏ ਵੇਖੋ ਸਤਗੁਰੂ ਜੀ ਨੇ ਜਿੱਥੇ ਗੁਣ ਹੈ 라ਵਣ ਦੀ ਤਾਰੀਫ ਕੀਤੀ ਹੈ ਗੁਣ ਦੀ ਤਾਰੀਫ ਕੀਤੀ ਹੈ ਯੋਨੇ ਆਪਣੇ ਇਸਤਰੀ ਕਿੰਨੀ ਕੁਰਬਾਨੀ ਕੀਤੀ ਹੈ ਗੁਣ ਵੈਰੀ ਚ ਵੀ ਹੋਏ ਉਹਦੀ ਤਾਰੀਫ ਕਰੋ ਤੁਸੀਂ ਗੁਣ ਦੀ ਤਾਰੀਫ ਉਹ ਕਰ ਸਕਦਾ ਜਿਹਦੇ ਅੰਦਰ ਗੁਣਾ ਦੀ ਖਿੱਚ ਹੈ ਜਿਹੜਾ ਗੁਣਾ ਦਾ ਗਾਹਕ ਹੈ ਪਰ ਸਾਡੀ ਬਿਰਤੀ ਤੇ ਔਗਣ ਦੇਖਣ ਵਾਲੀ ਹੈ ਨਾ ਅਸੀਂ ਤੇ ਗੁਣਾ ਵਾਲੇ ਚ ਵੀ ਔਗਣ ਐਨ ਬੜਾ ਦੁਖੀ ਹੋ ਕੇ ਲੱਭਦੇ ਕਿਤੇ ਲੱਭ ਜੇ ਸਹੀ ਕੋਈ ਇਹਦਾ ਔਗਣ ਸਾਨੂੰ ਅਸੀਂ ਦੇਖਦੇ ਰਹੇ ਨੇ ਕਿਤੇ ਲੱਭ ਜੇ ਨਾ ਮੇਰੀ ਦਾੜ ਹਟਾ ਜੇ ਫਿਰ ਛੱਜ ਚ ਪਾ ਕੇ ਛੱਟ ਦੇਵਾਂਗੇ ਇਹਨੂੰ ਆਪਾਂ ਕਿਤੇ ਲੱਭੇ ਤਾਂ ਸਹੀ ਕਮਜ਼ੋਰੀ ਕਮਜ਼ੋਰੀ ਨਾਲ ਬੇ ਤੇ ਬਦੋ-ਬਦੀ ਅਸੀਂ ਉੱਤੇ ਔਗਣ ਲਾ ਹੀ ਦਿੰਨੇ ਆਪਾਂ ਬਦੋ-ਬਦੀ ਉਹਨੂੰ ਔਗਣ ਵਾਲਾ ਬਣਾ ਦਿੰਨੇ ਆ ਗੁਰਬਾਣੀ ਕਹਿੰਦੀ ਕਹ ਕਬੀਰ ਕਿਛ ਗੁਣ ਵਿਚਾਰ ਉਹ ਬੰਦਿਆ ਕੁਝ ਗੁਣਾਂ ਦੀ ਵਿਚਾਰ ਕਰਿਆ ਕਰ ਗੁਣਾਂ ਦਾ ਗਾਹਕ ਬਣ ਜੇ ਤੂੰ ਗੁਣਾਂ ਦਾ ਗਾਹਕ ਬਣ ਜਾਏਗਾ ਤੇਰੇ ਤੇ ਕੋਈ ਇਹ ਮਾਇਆ ਪ੍ਰਭਾਵ ਹੀ ਨਹੀਂ ਪਾ ਸਕੇਗੀ ਤੇਰੇ ਤੇ ਕੋਈ ਵਿਸ਼ੇ ਵਿਕਾਰ ਭਾਰੂ ਨਹੀਂ ਹੋ ਸਕਣਗੇ ਕੋਈ ਬਿਮਾਰੀ ਲੱਗਦੀ ਕਮਜ਼ੋਰ ਬੰਦੇ ਨੂੰ ਕੋਈ ਬਿਮਾਰੀ ਲੱਗਦੀ ਹੈ ਕਮਜ਼ੋਰ ਬੰਦੇ ਨੂੰ ਤੁਸੀਂ ਸਰੀਰਕ ਤੌਰ ਤੇ ਕਮਜ਼ੋਰ ਹੋ ਤੇ ਠੰਡ ਵੀ ਲੱਗ ਜਾਏਗੀ ਗਰਮੀ ਲੱਗ ਜਾਏਗੀ ਐਵੇਂ ਤੁਹਾਨੂੰ ਜ਼ੁਕਾਮ ਹੀ ਲੱਗਿਆ ਰਹੇਗਾ ਕੁਝ ਨਾ ਕੁਝ ਵਿਵਤਾ ਆਈ ਲੱਗੀ ਰਹੇਗੀ ਸਰੀਰਕ ਤੌਰ ਤੇ ਕਮਜ਼ੋਰ ਤੁਹਾਡੀ ਇਮਿਊਨਿਟੀ ਕਮਜ਼ੋਰ ਹੈ ਤੁਹਾਨੂੰ ਕੋਈ ਨਾ ਕੋਈ ਰੋਗ ਲੱਗੇ ਰਹੇਗਾ ਜਦੋਂ ਕੋਈ ਮਨੁੱਖ ਮਾਨਸਿਕ ਤੌਰ ਤੇ ਔਗਣ ਵਾਲਾ ਹੁੰਦਾ ਹੈ ਗੁਣਾ ਤੋਂ ਹੀਣਾ ਹੁੰਦਾ ਹੈ ਉਹਨੂੰ ਫਿਰ ਇਹ ਉਗਣ ਬਹੁ ਬਹੁਤ ਚੰਬੜ ਦੇ ਰਹਿੰਦੇ ਨੇ ਉਹਦੇ ਤੇ ਮਾਇਆ ਵੀ ਉਹਨੂੰ ਖਿੱਚਦੀ ਆਪਣੇ ਵੱਲ ਕਦੇ ਉਹਨੂੰ ਲੋਭ ਆ ਜਾਏਗਾ ਲਾਲਚ ਆ ਜਾਏਗਾ ਵਿਕਾਰ ਆ ਜਾਣਗੇ ਬਹੁਤ ਕੋ ਜਾਏ ਕਿਉਂਕਿ ਅੰਦਰੋਂ ਕਮਜ਼ੋਰ ਹੈ ਨਾ ਉਹ ਤੇ ਗੁਰਬਾਣੀ ਕਹਿੰਦੀ ਜਿਉਂ ਜਿਉਂ ਪ੍ਰਮਾਤਮਾ ਦੇ ਗੁਣ ਗਾਓਗੇ ਫਿਰ ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾ ਤੁਹਾਡੇ ਤੇ ਇਹ ਵਿਸ਼ੇ ਵਿਕਾਰ ਅਸਰੀ ਨਹੀਂ ਪਾ ਸਕਣਗੇ ਮਾਇਆ ਤੁਹਾਡੇ ਤੇ ਮਾਰੂ ਪ੍ਰਭਾਵ ਨਹੀਂ ਪਾ ਸਕਦੀ ਮਾਇਆ ਤੋਂ ਬਿਨਾ ਤੇ ਜ਼ਿੰਦਗੀ ਹੈ ਨਹੀਂ ਹੈ ਮਾਇਆ ਤੋਂ ਬਿਨਾ ਤੇ ਗੁਜ਼ਰਾਨ ਹੈ ਨਹੀਂ ਹੈ ਮਾਇਆ ਤੋਂ ਬਿਨਾ ਸਿਜੀਉ ਨਹੀਂ ਸਕਦੇ ਘਰ 'ਚ ਰਹਿਣਾ ਰੋਟੀ ਪਾਣੀ ਖਾਣੀ ਆ ਭੋਜਨ ਖਚਾਈਦਾ ਹੈ ਬੱਚਿਆਂ ਨੂੰ ਪਾਲਣਾ ਹੈ ਬੱਚਿਆਂ ਦੀ ਪੜ੍ਹਾਈ ਕਰਾਉਣੀ ਪੈਸੇ ਚਾਹੀਦੇ ਨੇ ਤੁਸੀਂ ਗੁਰਦੁਆਰੇ ਤੁਰ ਕੇ ਆਉਣੇ ਆਉਣ ਦੇ ਲਈ ਪੈਰੀ ਜੋੜਾ ਚਾਹੀਦਾ ਹੈ ਕੱਪੜੇ ਚਾਹੀਦੇ ਠੰਡ 'ਚ ਆਉਣ ਦੇ ਲਈ ਪੈਸੇ ਚਾਹੀਦੇ ਨੇ ਪੈਸੇ ਤੋਂ ਬਿਨਾ ਤਾਂ ਨਹੀਂ ਜ਼ਿੰਦਗੀ ਚੱਲਨੀ ਮਿਹਨਤ ਕਰਕੇ ਗੁਜ਼ਾਰਨ ਕਰਨ ਦਾ ਸਾਡਾ ਹੱਕ ਹੈ ਪੈਸਾ ਕਮਾਉਣ ਦਾ ਸਾਡਾ ਅਧਿਕਾਰ ਹੈ ਇਹ ਰੱਬ ਨੇ ਸਭ ਕੁਝ ਸਾਡੇ ਲਈ ਬਣਾਇਆ ਪਰ ਇਹ ਮਾਇਆ ਸਾਡੇ ਤੇ ਮਾਰੂ ਪ੍ਰਭਾਵ ਨਾ ਪਾਏ ਇਹ ਮਾਇਆ ਸਾਡੇ ਅੰਦਰ ਲਾਲਚ ਸਾਡੇ ਅੰਦਰ ਈਰਖਾ ਸਾਡੇ ਅੰਦਰ ਤ੍ਰਿਸ਼ਨਾ ਸਾਡੇ ਅੰਦਰ ਔਗਣ ਪੈਦਾ ਨਾ ਕਰੇ ਉਹਦੇ ਲਈ ਜ਼ਰੂਰੀ ਕਿ ਅਸੀਂ ਅੰਦਰੋਂ ਤਗੜੇ ਹੋਈਏ ਜਿਵੇਂ ਇਮਿਊਨਿਟੀ ਤਗੜੀ ਚਾਹੀਦੀ ਹੈਵੇਂ ਅਸੀਂ ਮਾਨਸਿਕ ਤੌਰ ਤੇ ਤਗੜੇ ਹੋਈਏ ਗੁਣਾਂ ਵਾਲੇ ਅੰਦਰ ਸੰਤੋਖ ਹੋਵੇ ਅੰਦਰ ਸਾਡੀ ਸਹਿਣਸ਼ੀਲਤਾ ਹੋਵੇ ਅੰਦਰ ਸਾਡੇ ਇਵੇਂ ਕਹਿ ਲਓ ਇਮਾਨਦਾਰੀ ਹੋਵੇ ਇਹ ਤਾਂ ਆਏਗੀ ਜੀ ਆਪਾਂ ਉਸ ਹਸਤੀ ਦੇ ਨਾਲ ਜੁੜਾਂਗੇ ਜਿਹੜੀ ਈਮਾਨਦਾਰ ਹੈ ਜਿਹੜੀ ਸੰਤੋਖ ਵਿੱਚ ਹੈ ਜਿਹੜੀ ਪਰਉਪਕਾਰੀ ਹੈ ਉਹ ਹਸਤੀ ਤੇ ਪ੍ਰਮਾਤਮਾ ਦੀ ਹੈ ਜੇ ਪ੍ਰਮਾਤਮਾ ਦੇ ਪਿਆਰ ਜੁੜਾਂਗੇ ਪ੍ਰਮਾਤਮਾ ਵਰਗੇ ਗੁਣ ਸਾਡੇ ਚ ਆ ਜਾਣਗੇ ਪ੍ਰਮਾਤਮਾ ਦੇ ਗੁਣ ਗਾਵਾਂਗੇ ਗੁਣ ਆ ਜਾਣਗੇ ਫਿਰ ਵਿਖਿਆ ਪੋ ਨਾ ਸਕੈ ਮੇਰੇ ਸਾਧੂ ਗੁਣ ਗਾਹ ਗੁਰੂ ਦੇ ਨਾਲ ਮਿਲ ਕੇ ਪ੍ਰਮਾਤਮਾ ਦੇ ਗੁਣਾਂ ਦੇ ਗਾਹਕ ਜਦੋਂ ਬਣ ਗਏ ਕੋਈ ਵੀ ਸੇਵਕਾਰ ਸਾਡੇ ਤੇ ਪ੍ਰਭਾਵ ਨਹੀਂ ਪਾ ਸਕੇਗਾ ਬਿਲਕੁਲ ਉਦਾਂ ਜਿਵੇਂ ਕੋਈ ਬੁਲਟ ਪ੍ਰੂਫ ਜੈਕਟ ਪਾ ਕੇ ਤੁਰਿਆ ਜਾਏ ਗੋਲੀ ਉਹਨੂੰ ਲੱਗਦੀ ਨਹੀਂ ਗੋਲੀ ਵੱਜੀ ਪਰ ਲੱਗਦੀ ਨਹੀਂ ਅਸਰ ਨਹੀਂ ਕਰਦੀ ਬਿਲਕੁਲ ਓਵੇਂ ਜਿਹਦੀ ਇਮਿਊਨਿਟੀ ਤਗੜੀ ਹੈ ਉਹ ਜਿੱਥੇ ਮਰਜੀ ਤੁਰੇ ਉਹਨੂੰ ਕੋਈ ਡਰ ਨਹੀਂ ਕਰੋਨਾ ਸਰੋਂ ਨਾਲ ਡਰਤੀ ਉਹਨਾਂ ਨੂੰ ਜਿਹੜੀ ਅੰਦਰ ਕਮਜ਼ੋਰੀ ਹੈ ਇਹ ਠੀਕ ਹੈ ਕਿ ਸਾਨੂੰ ਡਰਾਇਆ ਐ ਮੀਡੀਏ ਨੇ ਸਰਕਾਰਾਂ ਨੇ ਇਹ ਡਰਾਉਣੀਆਂ ਚੀਜ਼ਾਂ ਨਹੀਂ ਐ ਤੇ ਡਰਾ ਕੇ ਸਾਡੇ ਅੰਦਰ ਵਾੜੀਆਂ ਜਾ ਰਹੀਆਂ ਨੇ ਜੇ ਤੁਸੀਂ ਅੰਦਰੋਂ ਤਗੜੇ ਹੋ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਇਸ ਹਾਲਾਤ ਵਿੱਚ ਤੁਰੇ ਫਿਰਦੇ ਨੇ ਉਹ ਦੂਜਿਆਂ ਦੀ ਸੇਵਾ ਕਰਦੇ ਨੇ ਦੂਜਿਆਂ ਨੂੰ ਰੋਟੀ ਪਾਣੀ ਦੇ ਰਹੇ ਨੇ ਬਿਮਾਰਾਂ ਨੂੰ ਸੰਭਾਲ ਰਹੇ ਨੇ ਉਹ ਹੈਗੇ ਹੀ ਨੇ ਇਸ ਕਰਕੇ ਜੇ ਤੁਸੀਂ ਅੰਦਰੋਂ ਤਗੜੇ ਹੋ ਮਾਨਸਿਕ ਤੌਰ ਤੇ ਕੋਈ ਵਿਕਾਰ ਤੁਹਾਡੇ ਤੇ ਪਾਰੂ ਨਹੀਂ ਹੋ ਸਕਦਾ ਵਿਕਾਰਾਂ ਤੋਂ ਡਰਿਆਂ ਗੱਲ ਨਹੀਂ ਬਣਨੀ ਇਹਨਾਂ ਦਾ ਮੁਕਾਬਲਾ ਕਰਨ ਦੀ ਲੋੜ ਹੈ ਦੁੱਖਾਂ ਤੋਂ ਭੱਜਿਆਂ ਗੱਲ ਨਹੀਂ ਬਣਨੀ ਇਹਨਾਂ ਨਾਲ ਮੁਕਾਬਲਾ ਕਰਨੀ ਲੋੜ ਆ ਗੁਰਬਾਣੀ ਨੇ ਕਿਤੇ ਭੱਜਣ ਦੀ ਗੱਲ ਨਹੀਂ ਕੀਤੀ ਭਾਵੇਂ ਸੰਸਾਰਕ ਤੌਰ ਤੇ ਇਹ ਬਰਈਆਂ ਦੀ ਗੱਲ ਹੈ ਭਾਵੇਂ ਮਾਨਸਿਕ ਤੌਰ ਤੇ ਔਗਣਾਂ ਦੀ ਗੱਲ ਹੈ ਭਾਵੇਂ ਸਰੀਰਕ ਤੌਰ ਤੇ ਰੋਗਾਂ ਦੀ ਗੱਲ ਹੈ ਗੁਰਬਾਣੀ ਨੇ ਇਹਨਾਂ ਦੇ ਨਾਲ ਸੰਘਰਸ਼ ਕਰਨ ਦੀ ਗੱਲ ਕਹੀ ਹੈ ਸੰਘਰਸ਼ ਤੁਸੀਂ ਤਾਂ ਕਰੋਗੇ ਜੇ ਤਗੜੇ ਹੋ ਤੁਸੀਂ ਤਗੜੇ ਤਾਂ ਹੋਗੇ ਜੇ ਤਗੜੀਆਂ ਚੀਜ਼ਾਂ ਨਾਲ ਸਾਝ ਬਣੇਗੀ ਸਾਰਿਆਂ ਤੋਂ ਮਹਾਨ ਰੱਬ ਪਰਮਾਤਮਾ ਹੈ ਇਸ ਕਰਕੇ ਗੁਰਬਾਣੀ ਕਿ ਨਹੀਂ ਸਾਧੋ ਗੋਵਿੰਦ ਕੇ ਗੁਣ ਗਾਓ ਪਰਮਾਤਮਾ ਦੇ ਗੁਣ ਗਾਇਆ ਕਰੋ ਕਹਿ ਕਬੀਰ ਕਿਛ ਗੁਣ ਵਿਚਾਰ ਉਹ ਬੰਦਿਆ ਕਿਤੇ ਰੱਬ ਦੇ ਗੁਣਾ ਦੀ ਵਿਚਾਰ ਵੀ ਕਰ ਲਿਆ ਕਰ ਉਹਦੇ ਪਰ ਉਪਕਾਰਾਂ ਨੂੰ ਚੇਤੇ ਕਰ ਲਿਆ ਕਰ ਚਲੇ ਜੋ ਆਰੀ ਦੋਇ ਹੱਥ ਚਾਰ ਜੇ ਤੇ ਤੂੰ ਰੱਬ ਦੇ ਗੁਣਾ ਦਾ ਗਾਹਕ ਬਣ ਜਾਏਗਾ ਜ਼ਿੰਦਗੀ ਦੀ ਬਾਜੀ ਜਿੱਤ ਜਾਏਗਾ ਨਹੀਂ ਤੇ ਜਿਨ੍ਹਾਂ ਨੇ ਕੇਵਲ ਦੇਖੋ ਕੁਝ ਉਹ ਲੋਕ ਨੇ ਜਿਨ੍ਹਾਂ ਨੂੰ ਆਪਣੀ ਮਿਹਨਤ ਤੇ ਯਕੀਨ ਹੁੰਦਾ ਹੈ ਉਹ ਮਿਹਨਤ ਕਰਕੇ ਵੱਡੇ ਵੱਡੇ ਕਾਰੋਬਾਰ ਬਣਾ ਲੈਂਦੇ ਨੇ ਬਹੁਤ ਸਾਰੇ ਕਾਮਜਾਬ ਲੋਕ ਨੇ ਸਾਡੇ ਆਲੇ-ਦੁਆਲੇ ਵਿੱਚ ਸਮਾਜ ਵਿੱਚ ਬੜੇ ਬੜੇ ਚੰਗੇ ਲੋਕ ਜਿਨ੍ਹਾਂ ਨੇ ਮਿਹਨਤ ਕੀਤੀ ਬੜੇ ਬੜੇ ਸੋਹਣੇ ਕਾਰੋਬਾਰ ਬਣਾਏ ਬੜੀ ਮਿਹਨਤ ਕਰਕੇ ਸਮਾਜ ਵਿੱਚ ਉਹਨਾਂ ਨੇ ਰੁਤਬਾ ਬਣਾਇਆ ਬੜੀ ਮਿਹਨਤ ਕਰਕੇ ਉਹ ਲੋਕ ਦੀ ਨਜ਼ਰਾਂ 'ਚ ਮਹਾਨ ਬਣ ਗਏ ਨੇ ਬਹੁਤ ਨੇ ਸਤਿਕਾਰਯੋਗ ਨੇ ਜਿਹੜੇ ਇਦਾਂ ਅੱਗੇ ਵਧਦੇ ਨੇ ਤੇ ਕੁਝ ਲੋਕ ਬਤਾ ਕੀ ਨੇ ਉਹਨਾਂ ਨੂੰ ਮਿਹਨਤ ਤੇ ਯਕੀਨੀ ਕਿਹਨੇ ਲਾਟਰੀ ਲਾ ਲੋ ਕਹਿੰਦੇ ਜੂਆ ਖੇਡ ਲੋ ਆ ਦੇਖਿਆ ਲਾਟਰੀਆਂ ਲਾਉਣ ਵਾਲੇ ਲਾਟਰੀਆਂ ਲਾਉਣ ਵਾਲੇ ਉੱਥੇ ਤੁਰੇ ਫਿਰਦੇ ਨੇ ਉਦੋਂ ਅੱਗੇ ਨਹੀਂ ਵੱਧਦੇ ਜੂਆ ਖੇਡਦੇ ਨੇ ਜੂਆ ਕਾਲੀ ਖੇਡਦੇ ਨੇ ਕਿ 10 ਰੁਪਏ ਦੀ ਲਾਟਰੀ ਪਾਓਗੇ ਤੇ ਸਾਡੀ 1 ਕਰੋੜ ਦੀ ਨਿਕਲ ਆਏ ਨਾ ਇਸ ਕਰਕੇ ਜੁਵਾਰੀ ਜੂਆ ਮਨੋਖ ਜਿੰਦਗੀ ਅੰਦਰ ਜੁਵਾਰੀ ਬਣ ਕੇ ਜੀਉਣਾ ਚਾਹੁੰਦੇ ਜੁਵਾਰੀ ਬਣ ਕੇ ਗੁਣਾ ਕਰਕੇ ਤੇ ਤੁਹਾਨੂੰ ਸੁੱਖ ਮਿਲ ਸਕਦਾ ਜਿਵੇਂ ਮਿਹਨਤ ਕਰਕੇ ਤੁਸੀਂ ਅੱਗੇ ਵੱਧਦੇ ਹੋ ਮਿਹਨਤ ਕਰਨ ਵਾਲਾ ਕਦੀ ਜਿਹੜਾ ਹੈ ਨਾ ਨਿਰਾਸ਼ ਨਹੀਂ ਹੁੰਦਾ ਮਿਹਨਤੀ ਬੰਦਾ ਜਿਹੜਾ ਹੈ ਇਮਾਨਦਾਰ ਬੰਦਾ ਹੈ ਉਹ ਜ਼ਿੰਦਗੀ 'ਚ ਕਦੀ ਨਿਰਾਸ਼ ਨਹੀਂ ਹੁੰਦਾ ਜਿਵੇਂ ਮਿਹਨਤ ਕਰਕੇ ਬੰਦਾ ਅੱਗੇ ਵੱਧਦਾ ਹੈ ਖੁਸ਼ਹਾਲ ਰਹਿੰਦਾ ਹੈ ਭਾਵੇਂ ਉਹਦੇ ਕੋਲ ਬਹੁਤ ਆ ਜਾਏ ਭਾਵੇਂ ਥੋੜਾ ਆ ਜਾਏ ਉਹ ਜੋ ਵੀ ਆ ਜਾਏ ਉਹਦੇ 'ਚ ਬੜਾ ਸੰਤੁਸ਼ਟ ਰਹਿੰਦਾ ਹੈ ਬਿਲਕੁਲ ਇਦਾਂ ਜ਼ਿੰਦਗੀ ਦੇ ਅੰਦਰ ਤੁਸੀਂ ਸੁਖੀ ਹੋਣਾ ਤੇ ਗੁਣਾਂ ਦੇ ਗਾਕ ਬਣ ਜਾਓ ਜੇ ਤੁਸੀਂ ਇਮਾਨਦਾਰ ਹੋ ਜੇ ਤੁਸੀਂ ਮਿਹਨਤੀ ਹੋ ਜੇ ਤੁਸੀਂ ਜ਼ਿੰਦਗੀ 'ਚ ਪਰਉਪਕਾਰੀ ਹੋ ਤੁਸੀਂ ਬਾਹਰੋਂ ਆਰਥਿਕ ਤੌਰ ਤੇ ਬਹੁਤੇ ਓ ਜਾਂ ਛੋਟੇ ਹੋ ਇਹਦਾ ਕੋ ਬਹੁਤਾ ਮੈਟਰ ਨਹੀਂ ਹੈ ਤੁਸੀਂ ਖੁਸ਼ਹਾਲ ਰਹੋਗੇ ਆਨੰਦ ਚ ਰਹੋਗੇ ਪਰ ਬੰਦਾ ਇਮਾਨਦਾਰ ਨਹੀਂ ਬਣਨਾ ਚਾਹੁੰਦਾ ਬੰਦਾ ਜ਼ਿੰਦਗੀ ਚ ਸੰਤੋਖ ਚ ਨਹੀਂ ਰਹਿਣਾ ਚਾਹੁੰਦਾ ਬੰਦਾ ਸੁੱਖ ਇਹ ਸੁੱਖ ਤੇ ਇਹਨਾਂ ਗੁਣਾਂ ਨਾਲ ਮਿਲਣਾ ਹੈ ਸੁੱਖ ਦਾ ਸਬੰਧ ਇਹਨਾਂ ਗੁਣਾਂ ਦੇ ਨਾਲ ਹੈ ਤੇ ਬੰਦਾ ਸੋਚਦਾ ਹੈ ਕਿ ਇਹ ਗੁਣ ਤੇ ਚਲੋ ਨਹੀਂ ਤੇ ਆਪਾਂ ਚੋਰੀ ਕਰਕੇ ਪੈਸੇ ਲਈਏ ਸੁੱਖ ਮਿਲ ਜਾਏਗਾ ਰੁਤਬੇਆਂ ਨਾਲ ਹੀ ਸੁੱਖ ਮਿਲ ਜਾਏਗਾ ਦੌਲਤ ਨਾਲ ਹੀ ਸੁੱਖ ਮਿਲ ਜਾਏਗਾ ਜਿਵੇਂ ਬਾਹਰੀ ਤੌਰ ਤੇ ਜੁਵਾਰੀ ਜਿਹੜਾ ਹੈ ਨਾ ਉਹ ਖਾਲੀ ਰਹਿ ਜਾਂਦਾ ਹੈ ਜ਼ਿੰਦਗੀ ਚ ਕਾਮਯਾਬ ਜਾਂ ਇੱਜ਼ਤ ਦੀ ਜ਼ਿੰਦਗੀ ਨਹੀਂ ਜਿਊ ਸਕਦਾ ਬਿਲਕੁਲ ਐਵੇਂ ਜ਼ਿੰਦਗੀ ਦੇ ਅੰਦਰ ਜਿਹੜੇ ਗੁਨਾ ਨਾਲੋਂ ਟੁੱਟ ਕੇ ਕੇਵਲ ਦੁਨੀਆ ਦੇ ਪਦਾਰਥਾਂ ਦੇ ਰਾਹੀਂ ਹੀ ਸੁੱਖ ਮੰਨਣਾ ਚਾਹੁੰਦੇ ਨੇ ਸਤਗੁਰੂ ਜੀ ਨੇ ਉਹਨਾਂ ਨੂੰ ਜੁਵਾਰੀ ਕਿਹਾ ਜੁਵਾਰੀ ਅਸੀਂ ਜੁਵੇ ਦੇ ਰਹੀ ਜ਼ਿੰਦਗੀ ਸੁખી ਹੋਣਾ ਚਾਹੁੰਦੇ ਆ ਜੁਵਾ ਹੈ ਕਿ ਬਹੁਤ ਪੈਸਾ ਹੋਏਗਾ ਸੁਖੀ ਹੋ ਜਾਵਾਂਗੇ ਜੁਵਾ ਹੈ ਵੱਡਾ ਰਤਬਾ ਹੋਏਗਾ ਸੁਖੀ ਹੋ ਜਾਵਾਂਗੇ ਇਹ ਜੁਵਾ ਹੈ ਦੁਨਿਆਵੀ ਸਾਧਨ ਨਾਲ ਨਹੀਂ ਸੁਖੀ ਹੋ ਜਾਵਾਂਗੇ ਇਹ ਜੂਆ ਹੈ 사ਦਗੋਜੀ ਕਹਿੰਦੇ ਚਲੇ ਜਵਾਰੀ ਦੋਇ ਹੱਥ ਚਾਰ ਜਿਵੇਂ ਜੂਏ ਦੇ ਵਿੱਚ ਬੰਦਾ ਹਾਰ ਜਾਂਦਾ ਖਾਲੀ ਹੋ ਕੇ ਘਰ ਆ ਜਾਂਦੇ ਨਾ ساری ਜ਼ਿੰਦਗੀ ਅਸੀਂ ਇਕੱਠਿਆਂ ਕਰਦੇ ਰਹੀਨੇ ਆ ਪਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਸ਼ਹਿਦ ਦੀ ਮੱਖੀ ਫਿਰ ਫਿਰ ਕੇ ਕਿੰਨਾ ਮਾਖਿਓ ਇਕੱਠਾ ਕਰਦੀ ਆ ਬੜੀ ਮਿਹਨਤ ਹੈ ਮੱਖੀਆਂ ਦੀ ਉਹਦੇ ਛੱਤੇ 'ਚ ਕਿੰਨਾ ਸ਼ਹਿਦ ਹੁੰਦਾ ਇੱਕ ਦਿਨ ਸ਼ਹਿਦ ਚਾਉਣ ਵਾਲਾ ਹੁੰਦਾ ਤੂੰ ਆ ਜਿਆ ਬਾਲਦਾ ਉਹਦੀ ਅੱਖਾਂ ਚ ਪੁੰਹਦਾ ਸਾਰਾ ਹੀ ਸ਼ਾਇਦ ਖੋਕੇ ਲੈ ਨਾ ਖਾਲੀ ਰਹਿ ਜਾਂਦੀਆਂ ਗਊ ਚੁਗਦੀ ਐ ਆਪਣੇ ਹਮਾਨੇ ਚ ਦੁੱਧ ਇਕੱਤਰ ਕਰਦੀ ਐ ਗਵਾਲਾ ਹੁੰਦਾ ਵਛੇ ਨੂੰ ھیਠਾਂ ਛੱਡਦਾ ਦੁੱਧ ਉਤਾਰਦੀ ਕਿ ਬੱਚੇ ਨੂੰ ਪਿਾਵਾਂਗੇ ਜਦੋਂ ਉਤਾਰਦੀ ਗਵਾਲਾ ਵਛੇ ਨੂੰ ਗਲੋਂ ਫੜ ਕੇ ਕਿੱਲੇ ਨਾ ਬਣ ਕੇ ਸਾਰਾ ਹੀ ਦੁੱਧ ਖੋਕੇ ਲੈ ਜਾਂਦਾ ਸੱਪ ਬੜੀ ਛੂਆ ਬੜੀ ਮਿਹਨਤ ਕਰਕੇ ਖੁੱਡ ਪੁੱਟਦਾ ਬੜੀ ਮਿਹਨਤ ਤੋਂ ਬਾਅਦ ਵਿੱਚ ਰਹਿਣ ਲੱਗਦੇ ਨੇ ਸੱਪਾ ਵਾ ਜਾਂਦਾ ਨਾਲੇ ਉਹਨੂੰ ਖਾਖ ਜਾਂਦਾ ਤੇ ਨਾਲੇ ਖੁੱਡ ਮੰਨ ਲੈਂਦਾ ਹੈ ਮਨੁੱਖ ਬੜੀ ਮਿਹਨਤ ਕਰਕੇ ਵੱਡੇ ਵੱਡੇ ਘਰ ਬਣਾਉਂਦਾ ਹੈ ਦੌਲਤ ਇਕੱਠੀ ਕਰਦਾ ਹੈ ਮਿਹਨਤ ਕਰੇ ਕੋਈ ਗੱਲ ਨਹੀਂ ਬੇਈਮਾਨੀ ਦੇ ਨਾਲ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ ਇੱਕ ਦਿਨ ਕਾਲ ਆਉਂਦੇ ਨੂੰ ਧੋਣੋਂ ਫੜ ਕੇ ਲੈ ਜਾਂਦਾ ਸਭ ਕੁਝ ਧਰਿਆ ਧਰਿਆ ਹੀ ਰਹਿ ਜਾਂਦਾ ਚਲੇ ਜਵਾਰੀ ਦੋਇ ਹੱਥ ਚਾਰ ਬੰਦਾ ਜਵਾਰੀ ਨੂੰ ਐ ਹੱਥ ਛੱਡ ਕੇ ਤੁਰ ਜਾਂਦੇ ਸਰੀਰ ਵੀ ਇੱਥੇ ਰਹਿ ਜਾਂਦਾ ਹੈ ਸਰੀਰ ਵੀ ਲਿਜਾਣਾ ਭੁੱਲ ਜਾਂਦਾ ਹੈ ਬੰਦਾ ਉਹ ਵੀ ਲਿਜਾ ਹੀ ਨਹੀਂ ਸਕਦਾ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਹ ਕਬੀਰ ਗੁਣ ਕਿਸ ਗੁਣ ਵਿਚਾਰੋ ਬੰਦਿਆ ਕੁਝ ਰੱਬ ਦੇ ਗੁਣਾਂ ਦੀ ਚਰਚਾ ਕਰਿਆ ਕਰ ਰੱਬ ਦੇ ਗੁਣਾਂ ਨੂੰ ਸੁਣਿਆ ਕਰ ਸਵੇਰੇ ਉੱਠਦਿਆਂ ਸਾਰ ਰੱਬ ਦੇ ਗੁਣ ਗਾਇਨ ਕਰਿਆ ਕਰ ਅੰਮ੍ਰਿਤ ਵੇਲੇ ਉੱਠਦਿਆਂ ਜਦੋਂ ਸਭ ਤੋਂ ਪਹਿਲਾਂ ਜਦੋਂ ਉੱਠਦੇ ਹੋ ਜਿੱਥੇ ਉੱਠਦੇ ਹੋ ਉੱਥੇ ਬੈਠ ਕੇ ਇੱਕ ਵਾਰੀ ਵਾਹਿਗੁਰੂ ਦਾ ਧੰਨਵਾਦ ਕਰਦਿਆ ਕਰੋ ਇਸ ਕਰਕੇ ਨਹੀਂ ਕਿ ਅਸੀਂ ਧਾਰਮਿਕ ਹਾਂ ਇਸ ਕਰਕੇ ਨਹੀਂ ਇਸ ਕਰਕੇ ਕਰੋ ਕਿ ਅਸੀਂ ਜੀਉਂਦੇ ਤੇ ਉੱਠ ਪਏ ਬਹੁਤ ਸਾਰੇ ਤੇ ਰਾਤ ਨੂੰ ਸੌਂਦੇ ਸਵੇਰੇ ਉੱਠਦੇ ਨਹੀਂ ਐ ਇਸ ਕਰਕੇ ਕਰਦੇ ਹੋ ਕਿ ਇੱਕ ਦਿਨ ਹੋਰ ਦੇਖਣ ਦਾ ਸਾਨੂੰ ਮੌਕਾ ਮਿਲ ਰਿਹਾ ਵਾਹਿਗੁਰੂ ਦਾ ਧੰਨਵਾਦ ਕਰ ਦਿਆ ਕਰੋ ਵਨ ਸਮਾਲ ਪਜ ਤੇ ਉਹ ਥਾਟ ਇਨ ਦਾ ਮਾਰਨਿੰਗ ਕੈਨ ਚੇਂਜ ਯਰ ਹੋਲ ਡੇ ਸਿਰ ਉੱਠਦਿਆਂ ਸਾਰ ਇੱਕ ਪਾਜੇ ਤਵ ਖਿਆਲ ਤੁਹਾਡੇ ਮਨ ਚ ਆ ਗਿਆ ਤੁਹਾਡਾ ਸਾਰਾ ਦਿਨ ਹੀ ਬਦਲ ਜਾਏਗਾ ਜ਼ਿੰਦਗੀ ਕਿੱਦਾਂ ਦੀ ਜਿਉਣੀ ਐ ਇਹ ਚਾਬੀ ਤੁਹਾਡੇ ਹੱਥ ਵਿੱਚ ਹੈ ਤੁਸੀਂ ਖੁਸ਼ ਰਹਿਣੇ ਚਾਬੀ ਤੁਹਾਡੇ ਕੋਲ ਹੈ ਉੱਠਦੇ ਅੰਸਾਰ ਵਾਹਿਗੁਰਜੀ ਦਾ ਧੰਨਵਾਦ ਸੌਂਦੇ ਅੰਸਾਰ ਵਾਹਿਗੁਰੂ ਦਾ ਧੰਨਵਾਦ ਰੋਟੀ ਖਾਣ ਲੱਗਿਆਂ ਵਾਹਿਗੁਰੂ ਦਾ ਧੰਨਵਾਦ ਕੰਮ ਤੇ ਜਾਣ ਲੱਗਿਆਂ ਵਾਹਿਗੁਰੂ ਦਾ ਧੰਨਵਾਦ ਕੰਮ ਤੋਂ ਆਉਣ ਲੱਗਿਆਂ ਵਾਹਿਗੁਰੂ ਦਾ ਧੰਨਵਾਦ ਸਾਡੇ ਕੋਲ ਤੇ ਧੰਨਵਾਦ ਦੇ ਮੌਕੇ ਬੜੇ ਨੇ ਜੇ ਉਸ ਵਾਹਿਗੁਰਜੀ ਦੇ ਗੁਣਾਂ ਦੀ ਵਿਚਾਰ ਕਰਾਂਗੇ ਫਿਰ ਅਸੀਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਨਹੀਂ ਜਾਵਾਂਗੇ ਅਸੀਂ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਣੀ ਹੈ ਵਾਹਿਗੁਰਜੀ ਨੇ ਮੌਕਾ ਦਿੱਤਾ ਹੈ ਮੁੜ ਕੇ ਨਹੀਂ ਮਿਲਣਾ ਗੁਰੂ ਕੋਲੋਂ ਇਹ ਦਾਤ ਮੰਗੀਏ ਗੁਰੂ ਕੋਲ ਅਰਦਾਸ ਕਰੀਏ ਸਤਗੁਰੂ ਜੀ ਅਸੀਂ ਜ਼ਿੰਦਗੀ ਦੀ ਬਾਜੀ ਜਿਤਨੀ ਹੈ ਅਸੀਂ ਜਵਾਰੀ ਨਹੀਂ ਬਣਨਾ ਅਸੀਂ ਜ਼ਿੰਦਗੀ ਦਾ ਲਾਹਾ ਖਟਣਾ ਸਤਗੁਰੂ ਜੀ ਮੇਰ ਕਰਨ ਗੁਰੂ ਕੇ ਬਚਨ ਹਿਰਦੇ ਚ ਵਸਣ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲ ਚੁੱਕ ਦੀ ਖਿਮਾ ਬਖਸ਼ ਦੇਣੀ ਗੁਰ ਚਰਣਾ ਚ ਅਰਦਾਸ ਹੈ ਸਤਗੁਰੂ ਜੀ ਸਾਰੀਆਂ ਸੰਗਤਾਂ ਨੂੰ ਆਪਣੇ ਅੰਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਣ ਘਰਾਂ ਚ ਖੁਸ਼ਹਾਲੀ ਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀਓ ਪਿਆਰ ਸਹਿਤ ਸਾਰੇ ਹੀ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ